ਦੇ ਵਿਛੜੇ Thank you.
ਜੰਗ ਲੜਨ ਅਨੰਦਪੁਰ ਸਾਹਿਬ ਗਏ ਉੱਥੇ ਜਾ ਕੇ ਬੜੇ ਦੁੱਖ ਸਹਿਣ ਗੁਰੂ ਸਾਹਿਬ ਪੰਥ ਦਾ ਹੈ ਪੰਥ ਦੀ ਬੁਨਿਆਦ ਐਵੇਂ ਨਹੀਂ ਰੱਖੀ ਗਈ ਤੇ ਉਹ ਸਥਾਨ ਉਸ ਸਥਾਨ ਇੱਕ ਮਿੰਟ ਦੇਖੋ ਇੱਥੋਂ ਕਿੰਨੀ ਸ਼ਾਂਤ ਹੋ ਗਿਆ ਹਾਂਜੀ ਹੁਣ ਅੱਗੇ ਇੱਥੇ ਆਵਾਜ਼ ਆਉਂਦੀ ਹੁਣ ਦੀ ਆਵਾਜ਼ ਉਹ ਆਵਾਜ਼ ਚੱਕਿਆ
ਰਿਸ਼ੀਕੇਸ਼ ਤੋਂ ਅੱਗੇ 125 ਕਿਲੋਮੀਟਰ ਹੈ ਜੀ। ਉਹ ਲੰਗਰ ਸ਼ਗਾਲ ਦੇ ਵਿੱਚ ਸ਼ਾਸਨ ਜੀ ਤੇ ਉਹ ਲੰਗਰ ਸ਼ਗਾਲ ਜੀ ਖਾਤੇ ਜੀ ਉਸੇ 11 ਵਜੇ ਪਹੁੰਚਦੇ ਨੇ। Thank you.
ਕਹਿੰਦੇ ਗੰਗਾ ਆਣੀ ਮਹਾਰਾਜ ਭਗੀਰਥ ਜੀ ਸੁਣਾ ਸੁਣੇ ਉਹਨੂੰ ਕਿਸੇ ਕਿਹਾ ਤੇਰੇ ਵੱਡੇ ਵੱਡੇ ਰਾਜ ਕਰੇ ਮਤਲਬ ਹੁਣ ਇਹਦੇ ਗੰਗਾ ਦਾ ਜਪ ਤੋਂ ਖਤਮ ਹੋਣ ਵਾਲਾ ਨਾ 5000 ਦੇ ਉੱਤੇ 7000 ਤੋਂ ਥੱਲੇ ਜਦੋਂ ਚਲੀ ਹੁਣ ਤੱਕ ਤਾਂ ਲੋਕ ਕਦਮ ਨਹੀਂ ਬੇਕਦਰੀ ਕਰਦੀ ਹੈ ਨਾ 5000 ਤੋਂ ਉੱਤੇ 7000 ਤੋਂ ਥੱਲੇ ਨੇੜੇ ਕੱਲ੍ਹ ਜੋ ਬੀਜ ਹੈਗਾ ਜਿਹਨੇ ਵੀ ਆ ਤੀਰਥ ਨੇ ਸਾਰੇ ਆਪਣੀ ਪਵਿੱਤਰਤਾ ਛੱਡ ਜਾਣਗੇ ਜਿਹੜੀ ਇਹਨਾਂ ਦੇ ਵਿੱਚ ਪਾਪੀਆਂ ਪਵਿੱਤਰ ਕਰਨ ਦੀ ਸ਼ਕਤੀ ਨਾ ਉਹ ਕਦਮ ਛੱਡ ਜਾਣਗੇ ਉਹ ਮਹਾਰਾਜ ਭਗੀਰਥ ਨੂੰ ਆਖਿਆ ਪਾਣੀ ਤੋਂ ਕਹਿੰਦੇ ਨੇ ਆਪ ਨਾ ਦੇ ਚੁੱਲੂ ਪਰ ਪਾਣੀ ਕਵੀਸਾ ਦਿਵਾਣੀ ਤੇ ਨਿੰਦੇ ਤੇ ਨਿੰਦੇ ਕਹਿੰਦਾ ਨਿੰਦਾ ਵੀ ਕਰਦਾ ਜਿਹੜਾ ਜਿਹਨੇ ਸ਼ਿਵ ਜੀ ਦੇ ਸਤੂ ਗੰਗਾ ਕੱਢ ਲਈ ਤੇ ਨਿੰਦਾ ਜੇ ਗੰਗਾ ਆਣੀ ਉਹ ਮੈਂ ਕਹਿੰਦਾ ਮੈਨੂੰ ਬੜਾ ਰਾਧਾ ਤੋਂ ਗੰਗਾ ਲਿਜਾਉਂਦਾ ਹੱਥਾਂ 'ਤੇ ਅਤੇ ਉਹ ਜਿੱਥੇ ਉਹ ਗੰਗਾ ਜਿੱਥੇ ਅਸਰ ਗੰਗਾ ਜਿੱਥੇ ਜਲ ਲੈਂਦਾ ਉੱਥੋਂ ਪਾਣੀ ਭਰ ਲੈਂਦਾ ਗੰਗਾ ਘਾਟ ਹੈ ਜਿੱਥੋਂ ਤਾਂ ਗੰਗਾ ਲਿਆਂਦੀ ਹੈ ਉਹ ਪਾਣੀ ਬਾਬਾ 100 ਸਾਲ ਪਾਣੀ ਪਿਆਰ ਪਾਣੀ ਖਾ ਲਿਓ ਜਿਹੜਾ ਦੂਜੇ ਖੱਬੇ ਦਾ ਪਾਣੀ ਹੈ ਉਹ ਖਾ ਲੈਂਦਾ ਅਤੇ ਉਹ ਮੈਂ ਮਹਾਰਾਜ ਭਗੀਰਥ ਨਾਲ ਜਦੋਂ ਜੋ ਬੈਠੇ ਨੇ ਵਸਿਆ ਕੀਤੀ ਫਿਰ ਉਹ ਪਰਮੇਸ਼ਰ ਦਰਸ਼ਨ ਦਿੱਤੇ ਮੈਂ ਕੀ ਮੰਗਣਾ ਮੇਰੇ ਵੱਡੇ ਵੱਡੇ ਮੁਕਤੀ ਨਹੀਂ ਹੋਈ ਫਿਰ ਕਿਰਪਾ ਕਰੋ ਮੈਨੂੰ ਉਹਨੂੰ ਉਹਨੂੰ ਦੱਸਿਆ ਗਿਆ ਨਾ ਵੀ ਜਦੋਂ ਗੰਗਾ ਲੈ ਮੈਂ ਅਤੇ ਗੰਗਾ ਜਿੱਥੇ ਤੇਰੇ ਵੱਡੇ ਵੱਡੇ ਦਾ ਸੰਸਕਾਰ ਹੋਇਆ ਉੱਥੋਂ ਦੀ ਗੰਗਾ ਲੰਘ ਜਾ ਅਤੇ ਉਹ ਉਧਾਰ ਹੋ ਸਕਦਾ ਉਹ ਫਿਰ ਗੰਗਾ ਸ਼ਿਵ ਜੀ ਚਾਹ ਚ ਉਹ ਗੰਗਾ ਲੈ ਗਿਆ ਗੀਤ ਗੰਗਾ ਲੈ ਗਿਆ ਸਦਾ ਭੇਵੇ ਦਾ ਵਾਕਿਆ ਉਹ ਸੱਸ ਜਿਹੜੀ ਗੰਗਾ 100 ਵਾਰ ਭੇਵੇ ਇੱਕ ਵਾਰ ਇੱਕ ਵਾਰ ਤੋਂ ਪਤਾ ਭੇਵੇ ਦਾ ਉਹ ਜਿੱਧਰ ਸਾਡੇ ਪਾਰ ਖੇਤ ਆਪਾਂ ਉਦੋਂ ਟਹਿਲਣਗੇ ਯਾਰ ਉੱਥੇ ਮਤਲਬ ਜੇ ਕਿਸੇ ਸੰਸਕਾਰ ਹੋ ਜਾਣਾ ਉਸ ਥਾਂ ਦੇ ਉੱਤੇ ਉਸ ਸੱਸ ਦੇ ਵਿੱਚ ਜਿੰਨੇ ਚਿਰ ਉਹਦੀਆਂ ਅਰਥੀਆਂ ਜਾਂ ਰਾਗ ਜੋ ਵੀ ਹੈ ਉਸ ਸੱਸ ਦੀ 'ਚ ਰਹਿੰਦੀ ਹੈ ਉਨੇ ਚਿਰ ਉਹਨੂੰ ਸਵਰਗ ਲੋਕ ਦੀ ਪ੍ਰਾਪਤੀ ਹੁੰਦੀ ਭੇਵੇ ਦੇ 18 ਕਿਲੋਮੀਟਰ ਦੇ ਏਰੀਆ 'ਚ ਬੰਦਾ ਮਰ ਜਾਏ ਉਹਦੀ ਗਤੀ ਕਰਾਉਣ ਦੀ ਲੋੜ ਨਹੀਂ ਤਾਂ ਲੋਕ ਜਾਂਦੇ ਨੇ ਜਿੰਨਾ ਵੀ ਆ ਰੋਪੜ ਲੁਧਿਆਣਾ ਜੇ ਹੈ ਉਹ ਅੱਗੇ ਬਾਹਮਣ ਜੀਵਨ ਵਾਲਾ ਹੁੰਦਾ ਹੈ ਜਿਹੜਾ ਬਾਹਮਣਾ ਜੀਵਨ ਨਹੀਂ ਰਿਹਾ ਅਤੇ ਬੜੀ ਪਵਿੱਤਰ ਔਰ ਮੇਰਾ ਕੀ ਵੇਖਣ ਦੀਆਂ ਗੱਲਾਂ ਨੇ ਜਿੰਨਾ ਜਿੰਨਾ ਲੋਕਾਂ ਨੇ ਜ਼ਮੀਨ ਦੱਬੀ ਹੈ ਹੁਣ ਤਾਂ ਕੱਖ ਨਹੀਂ ਦਰਿਆ ਆਪਣੀ ਥਾਂ ਨਹੀਂ ਛੱਡਦੇ ਜਿਵੇਂ ਲੋਕ ਜ਼ਮੀਨਦਾਰ ਲਾਲਚ ਹੁੰਦਾ ਦਰਿਆ ਮਨਾਰਾ ਵਿੱਚ ਇਹ ਕਰ ਲਾ ਉਹ ਕਰ ਲਾ ਦੇਖਾ ਉਹਨਾਂ ਦਾ ਕੱਖ ਦਰਿਆ ਨਹੀਂ ਬਣਾਇਆ ਇਹ ਹੁਣ ਜਿੰਨਾ ਜਿਵੇਂ ਆਪਾਂ ਜਾ ਰਹੇ ਹਾਂ ਮੱਠ ਹੁੰਦੇ ਨੇ ਕਰ ਪਰਾਗ ਆਇਆ ਦੇਵ ਪ੍ਰਿਆ ਦੇਵਤਿਆਂ ਨੇ ਤਪ ਕੀਤਾ ਕਰ ਪਰਾਗ ਕਰਨ ਨੇ ਤਪ ਕੀਤਾ ਰੁਦਰ ਪਰਾਗ ਉਹ ਤਾਂ ਹਾਂਜੀ ਰੁਦਰ ਪਰਾਗ ਇਹਦਾ ਕੀਤਾ ਨੰਦ ਪਰਾਗ ਇਹ ਸਾਰੇ ਚੱਲਦੇ ਚੱਲਦੇ ਪਰਾਗ ਖਤਮ ਹੋ ਕੇ ਜੋਸ਼ੀ ਮੱਠ ਹੈ ਅੱਗੇ ਹਾਂਜੀ ਜੋਸ਼ੀ ਮੱਠ ਜਿੱਦਾਂ ਫਟ ਮਾਰਦਾ ਉਹ ਤੋਂ ਅੱਗੇ ਮੈਂ ਜਾ ਕੇ ਨਾ ਇੱਕ ਸਾਈਡ ਦੇ ਬੱਦਰੀ ਬਦਰੀ ਨਾਥ ਬਦਰੀ ਨਾਥ ਦਸਵੇਂ ਪਾਤਸ਼ਾਹ ਉਸ ਤਪੱਸਿਆ ਕੀਤੀ ਉਹ ਜਿੰਨੇ ਆ ਜਗ੍ਹਾ ਪ੍ਰਗਟ ਕੀਤੀ ਹੈ ਮੋਦਨ ਸਿੰਘ ਜੀ ਮਦਨ ਸਿੰਘ ਮੋਦਨ ਸਿੰਘ ਉਹ ਡਾਸਾ 10-20 ਕਿਲੋ ਛੋਲੇ ਲੈ ਗਏ ਕੋਈ 5-4 ਕਿਲੋ ਗੁੜ ਲੈ ਗਏ ਤਾਂ ਲੱਭਦਾ ਫਿਰਦਾ ਉਹ ਜਗ੍ਹਾ ਦਾ ਪਤਾ ਲੱਗੇ ਹੁਣ ਉਹ ਪੜ੍ਹੇ ਦੇ ਨਹੀਂ ਸਭ ਸਿੰਘ ਸੋਭਦਾ ਹੈ ਤਾਂ ਜਾਂ
ਹੇਮਕੁੰਟ ਪਰਬਤ ਹੈ ਜਾਂ ਸਭ ਸੰਗ ਸੋਭਤਾ ਤਾਂ ਸੱਚ ਚੋਟੀਆਂ ਵੇਖਿਆ ਕਰੇ ਸਾਡੇ ਜਾਣਾ ਸਰਦੀਆਂ ਦਿਨਾਂ ਦਰਖਤ ਜੀ ਹੈਗਾ ਉੱਥੇ ਸ਼ਾਇਦ ਬੜੀ ਮਿਹਨਤ ਕੀਤੀ, ਬੜੀ ਖੇਚਲ ਕੀਤੀ ਉਹਨੇ ਫਿਰ ਤੇ ਉਹ ਫਿਰ ਇੱਕ ਦਿਨ ਉੱਥੇ ਨਾ ਕੋਈ ਪ੍ਰੇਮੀ ਆਇਆ, ਇੱਕ ਦਿਨ ਕੋਈ ਪ੍ਰੇਮੀ ਆਇਆ, ਪ੍ਰੇਮੀ ਗਿਆ ਦਸਵੇਂ ਪਾਤਸ਼ਾਹ ਆਪ ਆਏ ਨੇ, ਉਹਨੇ ਆਖਿਆ ਸਿੰਘਾ ਉਹ ਥਾਂ ਲੱਭਦਾ ਜਿੱਥੇ ਦੁਸ਼ਟ ਦਮਨ ਨੇ ਤਪ ਕੀਤਾ, ਹਾਂਜੀ ਹਾਂਜੀ ਉਹ ਲੱਭਦਾ, ਤੇਰੇ ਆ ਮਾਰਚਾ ਤੇਰੇ ਪਿੱਛੇ ਹੱਥ ਸਿਰ ਜਿਹੜੀ ਅੱਜ ਸਿਰ ਤੇਰੇ ਸਿਰ ਗਿਆ ਪੱਥਰ ਨੂੰ ਬਹੁਤ ਵੱਡੀ ਜਿਹੜੀ ਜਿੱਥੇ ਅੱਜ ਉਹ ਪਾਲਕ ਮਾਰੇ ਪ੍ਰਕਾਸ਼ ਚੱਲ ਰਿਹਾ ਉਹ ਉੱਥੇ ਰੱਖ ਕੇ ਉੱਥੇ ਪਿੱਛੇ ਬਣਾਈ ਗਈ। ਬਸ ਚਲੋ ਚਲੋ ਤੁਸੀਂ ਚੱਲੋ ਉਹਨੇ ਆਖਿਆ ਵੀ ਉਹ ਸਿਲ ਆ ਚਾਚੀ ਵਾਜੋ ਆ ਗਿਆ ਨਾ ਸੰਗਤ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਤੇ ਭਾਈ ਸਾਰੇ ਹੀ ਪ੍ਰੇਮੀ ਜਨ ਹਿੰਦੁਸਤਾਨ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਚੱਲ ਕੇ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹੋ,
ਜਿੱਥੇ ਤਪ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਬੁਨਿਆਦ ਰੱਖੀ। ਸਾਧ ਸੰਗਤ ਜੀ, ਇਨਸਾਨੀ ਜ਼ਿੰਦਗੀ 'ਚ ਬੜੇ ਬੜੇ ਸਮੇਂ ਆਉਂਦੇ ਨੇ। ਜਿਹੜਾ ਸਮਾਂ ਆਪ ਜੀ ਨੂੰ ਨਸੀਬ ਹੋਇਆ, ਇਹ ਸਮਾਂ ਬਿਨਾਂ ਭਾਗਾਂ ਤੋਂ ਨਹੀਂ ਮਿਲਦਾ। ਜਨਮ ਦੀ ਖੁਸ਼ੀ, ਕਿਤੇ ਵਿਆਹ ਦੀ ਖੁਸ਼ੀ, ਕਿਤੇ ਚੰਗੀ ਨੌਕਰੀ ਲੱਗਣ ਦੀ ਖੁਸ਼ੀ, ਚੰਗਾ ਘਰ ਬਣਾਉਣ ਦੀ ਖੁਸ਼ੀ, ਬੜੇ ਸਮੇਂ ਆਉਂਦੇ ਨੇ। ਸਾਧ ਸੰਗਤ, ਇਹ ਜਿਹੜਾ ਸਮਾਂ ਆਪਾਂ ਨੂੰ ਨਸੀਬ ਹੋਇਆ, ਜਿਹੜਾ ਸਮਾਂ ਸਫਲਾ ਕਰਨ ਵਾਸਤੇ ਸੰਗਤਾਂ ਉਸ ਪਵਿੱਤਰ ਧਰਤੀ ਵੱਲ ਨੂੰ ਵੱਧ ਰਹੀਆਂ ਨੇ, ਮੂਲ ਗੁਰਾਂ ਨੂੰ ਜਾਣਾ।
ਅਸੀਂ ਰਿਸ਼ੀਕੇਸ਼ ਦੀ ਪਵਿੱਤਰ ਧਰਤੀ 'ਤੇ ਬੈਠੇ ਹਾਂ, ਜਿੱਥੇ ਰਿਸ਼ੀਆਂ ਮੁਨੀਆਂ ਨੇ ਸਮੇਂ ਤੋਂ ਸਮੇਂ ਤਪੱਸਿਆ ਕੀਤੀ। ਇਸ ਤੋਂ ਅੱਗੇ ਜਾਈਏ, ਜਿਵੇਂ ਜਿਵੇਂ ਕਿਸੇ ਦੀ ਅਵਸਥਾ ਵੱਡੀ ਸੀ, ਜਿਨ੍ਹਾਂ ਨੇ ਜ਼ਿਆਦਾ ਤਪੱਸਿਆ ਕੀਤੀ ਉਦੋਂ ਅੱਗੇ, ਉਦੋਂ ਜ਼ਿਆਦਾ ਤਪੱਸਿਆ ਵਾਲੇ ਉਦੋਂ ਅੱਗੇ, ਉਦੋਂ ਜ਼ਿਆਦਾ ਤਪੱਸਿਆ ਵਾਲੇ ਉਦੋਂ ਅੱਗੇ। ਪਰ ਜਿੱਥੇ ਕਲਗੀਧਰ ਨੇ ਤਪੱਸਿਆ ਕੀਤੀ ਉਦੋਂ ਅੱਗੇ ਕੋਈ ਵੀ ਨਹੀਂ। ਉਹ ਤਾਂ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ ਪ੍ਰਜਾਪ। ਉਹ ਪਵਿੱਤਰ ਧਰਤੀ ਜਿਸ ਨੂੰ ਹੇਮਕੁੰਡ ਨਾ ਕਰਕੇ ਨਸਣਾ ਕੀਤਾ ਗੁਰੂ ਕੀ ਸੰਗਤ ਬਿਆਨ ਕੀਤਾ ਹੈ, ਪੜ੍ਹ ਲਓ ਇੱਕ ਵਾਰੀ। ਸਮੇਂ ਦੀ ਵਿਚਾਰ ਹੀ ਸਵਾਏ ਮਾਣ ਹੋਇਆ ਕਰਦੀ ਹੈ ਸਾਧ ਸੰਗਤ ਜੀ। ਸਮਾਂ ਸਾਡਾ ਇਹੀ ਲੇਖੇ 'ਚ ਆਉਣਾ ਹੈ। ਜਿਵੇਂ ਜਿਵੇਂ ਅੱਗੇ ਵਧਾਂਗੇ ਤੁਸੀਂ ਦੇਖੋਗੇ ਗੋਬਿੰਦ ਘਾਟ ਤੋਂ ਅੱਗੇ ਜਾ ਕੇ ਇੱਕ ਐਸੀ ਜਗ੍ਹਾ ਆਉਂਦੀ ਜਿੱਥੇ ਬੰਦੇ ਦਾ ਕੋਈ ਫਿਰਨਾ ਨਹੀਂ ਰਹਿ ਜਾਂਦਾ, ਕਹੋ ਵੈਸੇ ਜਿੱਥੇ ਜੀਵ ਨੂੰ ਸੰਸਾਰ ਭੁੱਲ ਜਾਂਦਾ, ਜਿੱਥੇ ਜੀਵ ਨੂੰ ਦੁਨੀਆ ਭੁੱਲ ਜਾਂਦੀ ਹੈ। ਗੁਰੂ ਕੀ ਸੰਗਤ ਸੰਗਤਾਂ ਪਾਣੀ ਪਾਣੀ ਹੋ ਜਾਂਦੀਆਂ ਨੇ, ਪਸੀਨਾ ਪਸੀਨਾ ਹੋ ਜਾਂਦੀਆਂ ਨੇ। ਉਚਾਈ ਹੈ ਮਤ ਸਮਝਣਾ ਪਸੀਨਾ ਹੈ। ਮੈਂ ਤਾਂ ਇਹੀ ਸਮਝਦਾ ਦਾਸ, ਜਿੱਥੇ ਤੱਕ ਗੁਰੂ ਦੀ ਕਿਰਪਾ ਨਾਲ ਸਿਮਰਨ ਭਜਨ ਦੀ ਕਮਾਈ ਕਰਕੇ, ਗੁਰੂ ਸਾਹਿਬ ਦੀ ਕਿਰਪਾ ਨਾਲ, ਮਹਾਂਪੁਰਖਾਂ ਦੀ ਕਿਰਪਾ ਨਾਲ ਕਿਤੇ ਗੱਲ ਹਉਮੈ 'ਚ ਨਾ ਚਲੀ ਜਾਏ। ਦਾਸ ਦੇ ਆਪਣੇ ਅਨੁਭਵ ਦੀ ਇਹ ਗੱਲ ਹੈ ਕਿ ਜਿਵੇਂ ਜਿਵੇਂ ਦੀਵ ਹੇਮਕੁੰਡ ਸਾਹਿਬ ਨੂੰ ਵੱਧਦਾ ਹੈ, ਇਹਨੂੰ ਜਿਵੇਂ ਜਿਵੇਂ ਪਸੀਨਾ ਆਉਂਦਾ ਹੈ, ਪਾਣੀ ਪਾਣੀ ਹੋ ਜਾਂਦਾ। ਇੱਕ ਵਾਰੀ ਪਸੀਨਾ ਆਉਂਦਾ, ਪਸੀਨਾ ਨਹੀਂ ਆਉਂਦਾ, ਸਾਧ ਸੰਗਤ ਜੀ ਇਹਦੇ ਪਾਪ ਚੜ ਜਾਂਦੇ ਹਨ ਸਰ। ਤੋ ਗੁਰੂ ਕੀ ਸੰਗਤ ਜਾ ਕੇ ਦੇਖੋਗੇ, ਇਹ ਗੱਲਾਂ ਕਹਿਣ 'ਚ ਨਹੀਂ ਆ ਸਕਦੀਆਂ। ਮਾਫ ਕਰਨਾ ਗੁਰੂ ਕੀ ਸੰਗਤ, ਇਹ ਅਨੁਭਵ ਵਿੱਚ ਹੀ ਹਨ, ਅਨੁਭਵ ਹੀ ਆਪਾਂ ਕਰਾਂਗੇ। ਜਦੋਂ ਸਿੱਖ ਜਾਂਦੇ ਹਨ ਸਾਧ ਸੰਗਤ ਗੁਰੂ ਸਥਾਨ 'ਤੇ, ਥੱਕ ਕੇ ਟੁੱਟ ਕੇ ਚੂਰ ਹੋ ਜਾਂਦੇ ਹਨ। ਬੰਦਾ ਇੰਝ ਮਹਿਸੂਸ ਕਰਦਾ, ਹੁਣ ਮੈਂ ਵਾਪਸ ਕਿਵੇਂ ਆਵਾਂਗਾ। ਪਰ ਜਦ ਜਾ ਕੇ ਉਸ ਅੰਮ੍ਰਿਤ ਕੁੰਡ ਵਿੱਚ, ਕਈ ਤਾਂ ਉਹਨੂੰ ਜਲੀ ਦੱਸੀ ਜਾਂਦੇ ਨੇ, ਉਹ ਜਲ ਨਹੀਂ ਆ, ਉਹ ਅੰਮ੍ਰਿਤ ਹੈ ਸਾਧ ਸੰਗਤ ਜੀ। ਜਦੋਂ ਬੰਦਾ ਜਗਿਆਸੂ ਜਾ ਕੇ ਉਸ ਅੰਮ੍ਰਿਤ ਕੁੰਡ ਵਿੱਚ ਇਸ਼ਨਾਨ ਕਰਦਾ ਨਾ, ਇਹਦੀ ਥਕਾਵਟ ਇਸ ਤਰ੍ਹਾਂ ਲੈ ਜਾਂਦੀ ਹੈ, ਇਹ ਆਪਣੇ ਆਪ ਨੂੰ ਇੰਝ ਮਹਿਸੂਸ ਕਰਦਾ ਜਿਵੇਂ ਸਿਰ 'ਤੇ 10 ਮਿੰਟ ਦੀ ਪੰਡ ਚੱਕੀ ਹੋਵੇ, ਕਿਸੇ ਨੇ ਥੱਲੇ ਲਾ ਕੇ ਰੱਖ ਦਿੱਤੀ ਹੋਵੇ ਸਾਧ ਸੰਗਤ ਜੀ। ਤੋ ਇਹਦਾ ਸਰੀਰ ਫੁੱਲ ਵਰਗਾ ਔਲਾ ਹੋ ਜਾਂਦਾ, ਫੁੱਲ ਸਭ ਥਕਾਵਟਾਂ ਦੂਰ ਹੋ ਜਾਂਦੀਆਂ। ਕਿਉਂ? ਪਾਪਾਂ ਦਾ ਭਾਰ ਜਿਹੜਾ ਭਾਰਾ ਹੁੰਦਾ, ਕਹੋ ਵਾਹਿਗੁਰੂ। ਜਦ ਪਾਪ ਲੈ ਗਏ, ਜਦ ਪਾਪ ਹੀ ਲੈ ਗਏ, ਫਿਰ ਹੌਲਾ ਹੀ ਹੋਣਾ, ਇਹਨੇ ਹੋਰ ਕੀ ਹੋਣਾ, ਇਹਨੂੰ ਫੁੱਲ ਵਰਗਾ ਹੀ ਹੋਣਾ, ਹੋਰ ਕੀ ਹੋਣਾ। ਇਸ਼ਨਾਨ ਕਰਦਾ ਫਿਰ ਉੱਥੇ ਦੀਆਂ ਯਾਦਾਂ ਇਹਨੂੰ ਕਦੀ ਭੁੱਲਦੀਆਂ ਨਹੀਂ, ਜਿਸ ਦੇ ਬਾਰੇ ਐਸਾ ਦੱਸਣਾ ਕੀਤਾ। ਇਹ ਸਮੇਂ ਤਾਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੇ ਨੇ। ਦਾਸ ਨੂੰ ਤਾਂ ਕਈ ਵਾਰੀ ਇਸ ਸਥਾਨ ਦੀਆਂ ਯਾਦਾਂ ਇੰਨਾ ਤੰਗ ਕਰਦੀਆਂ ਨੇ, ਦਾਸ ਦਾ ਚਿੱਤ ਕਰਦਾ ਛੱਡ ਕੇ ਸਭ ਕੁਝ ਉੱਥੇ ਤੁਰ ਜਾਈਏ ਸਾਧ ਸੰਗਤ। ਪਰ ਮਾਫ ਕਰਨਾ ਭਾਗਾਂ ਵਾਲਿਓ, ਹਾਂ ਇੱਕ ਕਹਿੰਦਾ ਦਰਸ਼ਨ ਵੀ ਹੁੰਦੇ ਨੇ, ਦਰਸ਼ਨ ਸ਼ਰਧਾ ਲੈ ਕੇ ਜਾਓ, ਦਰਸ਼ਨ ਵੀ ਹੋ ਜਾਣਗੇ ਸਾਧ ਸੰਗਤ ਜੀ। ਮਾਫ ਕਰਨਾ
ਹੁੰਦੇ ਨੇ ਸ਼ਰਧਾਲੂਆਂ ਨੂੰ ਤਿੰਨਾਂ ਤਿੰਨ ਬੰਦੇ ਗੁਰੂ ਘਰੋਂ ਫਾਇਦਾ ਨਹੀਂ ਉਠਾ ਸਕਦੇ। ਪਹਿਲੇ ਨੰਬਰ 'ਤੇ ਅਗਿਆਨੀ, ਅਗਿਆਨੀ ਦੀ ਜ਼ਿੰਦਗੀ ਹੈ ਜਿਹੜੀ ਅੰਨੇ ਬੰਦੇ ਦੀ ਤਰ੍ਹਾਂ ਹੈ। ਅੰਨੇ ਨੇ ਜਿਵੇਂ ਸੂਰਜ ਨਹੀਂ ਵੇਖਿਆ, ਅੰਨੇ ਨੂੰ ਕੋਈ ਪਤਾ ਨਹੀਂ ਸੂਰਜ ਦਾ ਰੂਪ ਰੰਗ ਕੀ, ਅੰਨੇ ਨੇ ਸੂਰਜ ਕੀ ਦੇਖਣਾ, ਅੰਨੇ ਨੇ ਦੁਨੀਆਂ ਨਹੀਂ ਦੇਖੀ, ਦੁਨੀਆਂ ਕੀ ਦੇਖਣੀ ਹੈ। ਅੰਨੇ ਨੂੰ ਕਹੋ ਵੀ ਤੇਰਾ ਮੂੰਹ ਕਿਹੋ ਜਿਹਾ, ਕਹੋ ਵਾਹਿਗੁਰੂ। ਜਨਮ ਤੋਂ ਅੰਨਾ ਬੰਦਾ ਆਪਣਾ ਮੂੰਹ ਨਹੀਂ ਦੱਸ ਸਕਦਾ। ਗਿਆਨੀ ਬੰਦੇ ਦੀ ਹਾਲਤ ਅੰਧਲੇ ਪੁਰਸ਼ ਵਾਲੀ ਹੁੰਦੀ। ਅਸ਼ਰਧਕ ਪੁਰਸ਼, ਸ਼ਰਧਾ ਤੋਂ ਹੀਣਾ ਪੁਰਸ਼। ਕ੍ਰਿਸ਼ਨ ਭਗਵਾਨ ਅਰਜਨ ਨੂੰ ਗੀਤਾ ਦੇ ਵਿੱਚ ਉਪਦੇਸ਼ ਦਿੰਦੇ ਹਨ, ਬੇਟਾ ਅਰਜਨ ਸ਼ਰਧਾਵਾਨ ਕੋ ਹੀ ਗਿਆਨ ਕੀ ਪ੍ਰਾਪਤੀ ਹੋ ਸਕਤੀ ਹੈ, ਦੂਸਰੇ ਕੋ ਨਹੀਂ। ਦੂਜੇ ਨੰਬਰ 'ਤੇ ਸ਼ਰਧਾਵਾਨ, ਸ਼ਰਧਾਵਾਨ, ਸ਼ਰਧਾਵਾਨ ਬੰਦਾ ਫਾਇਦਾ ਉਠਾਉਂਦਾ, ਸ਼ਰਧਕ ਪੁਰਸ਼ ਗੁਰੂ ਘਰ ਫਾਇਦਾ ਨਹੀਂ ਉਠਾਉਂਦਾ। ਤੀਜੇ ਨੰਬਰ 'ਤੇ ਸ਼ੰਕਾਵਾਦੀ, ਸ਼ੰਕਾਵਾਦੀ ਪੁਰਸ਼ ਹੈ ਜਿਹੜਾ ਮਾਫ ਕਰਨਾ, ਉਹ ਗੁਰੂ ਘਰੋਂ ਫਾਇਦਾ ਨਹੀਂ ਉਠਾਇਆ ਕਰ ਸਕਦਾ। ਤਾਂ ਕਿਉਂ ਉਹਦਾ ਮਨ ਸ਼ੰਕਿਆਂ ਕਰਕੇ ਮੈਲਾ ਹੈ, ਸੰਸੇ ਜੀਉ ਮਲੀਨ ਹੈ। ਉਹ ਸੋ ਸਤਸੰਗ ਜੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਕੇ ਗੁਰੂ ਕੀ ਸੰਗਤ ਆਪਾਂ ਗਿਆਨ ਮੁੱਖ ਰੱਖ ਕੇ, ਸ਼ਰਧਾ ਮੁੱਖ ਰੱਖ ਕੇ, ਸ਼ਰਧਾ ਨੂੰ ਲੈ ਕੇ, ਸ਼ੰਕਿਆਂ ਨੂੰ ਛੱਡ ਕੇ ਆਪਾਂ ਅੱਗੇ ਉਸ ਧਰਤੀ ਵੱਲ ਵਧੀਏ ਜਿਸ ਦੇ ਬਾਰੇ ਐਸਾ ਦੱਸਣਾ ਕੀਤਾ। ਸ਼ਾਸਤਰਕਾਰਾਂ ਅਤੇ ਵਿਦਾਂਤਕਾਰਾਂ ਦਾ ਕਥਨ ਹੈ ਕਿ ਉਸ ਸਥਾਨ 'ਤੇ ਕਲਗੀ ਧਰ ਨੇ 3000 ਵਰਾਂ ਤਪੱਸਿਆ ਕੀਤੀ, ਪਰ ਇਹ ਗੱਲ ਸ਼ਾਸਤਰਕਾਰਾਂ ਅਤੇ ਵਿਦਾਂਤਕਾਰਾਂ ਦੀ ਹੈ। ਪਰ ਜਿਹੜੀ ਗੱਲ, ਜਿਹੜਾ ਬਚਨ ਗੁਰੂ ਸਾਹਿਬ ਨੇ ਕੀਤਾ, ਉਹ ਗਿਣਤੀ ਮਿਣਤੀ ਤੋਂ ਬਾਹਰ। ਮਹਾਰਾਜ ਨੇ ਕੁਛ ਸਾਲਾਂ ਦੇ ਵਿੱਚ ਬਚਨ ਨਹੀਂ ਕੀਤਾ, ਮਾਫ ਕਰਨਾ। ਪੁੱਛਿਆ ਸੀ ਨਾ ਸਿੱਖਾਂ ਨੇ, ਮਹਾਰਾਜ ਆਪ ਜੀ ਦੇ ਸੰਸਾਰ 'ਤੇ ਆਉਣ ਦਾ ਪ੍ਰਯੋਜਨ ਕੀ ਹੈ, ਆਪ ਸੰਸਾਰ ਦੇ ਵਿੱਚ ਕਿਉਂ ਆਏ, ਆਪ ਜੀ ਦਾ ਸੰਸਾਰ ਵਿੱਚ ਅਵਤਾਰ ਧਾਰਨ ਦਾ ਕਾਰਨ ਕੀ ਹੈ। ਕਿਸੇ ਮੌਕੇ 'ਤੇ ਸਿੱਖਾਂ ਨੇ ਇਹ ਗੱਲ ਪੁੱਛੀ ਤਾਂ ਉਸ ਮੌਕੇ ਗੁਰੂ ਜੀ ਲੱਗੇ ਕਹਿੰਦੇ, ਸਿੱਖੋ ਮੇਰਾ ਸੰਸਾਰ 'ਤੇ ਆਉਣ ਦਾ ਪ੍ਰਯੋਜਨ ਤੁਹਾਨੂੰ ਮੈਂ ਇਹ ਗੱਲ ਦੱਸਾਂ ਕਿ ਮੇਰਾ ਸੰਸਾਰ 'ਤੇ ਕਿਉਂ ਕਰ ਆਉਣਾ ਹੋਇਆ। ਇਹਦੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਪੂਰਵਲੇ ਜਨਮ ਦੀ ਕਥਾ ਦੱਸਦਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਧ ਸੰਗਤ ਜੀ ਸਾਡੇ ਆਉਣ ਦਾ ਪ੍ਰਯੋਜਨ ਕੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਫਿਰ ਆਪਣੇ ਪਿਛਲੇ ਜਨਮ ਦੀ ਕਥਾ ਦੱਸੋ। ਗੁਰੂ ਜੀ ਕਹਿੰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ। ਦੁਨੀਆਂ 'ਤੇ ਬੜੇ ਬੜੇ ਅਵਤਾਰ ਪੀਰ ਪੈਗੰਬਰ ਆਏ, ਸਾਧ ਸੰਗਤ ਜੀ ਆਪਣੇ ਪਿਛਲੇ ਜਨਮ ਦੀ ਵਾਰਤਾ ਕਿਸੇ ਨੇ ਨਹੀਂ ਦੱਸੀ। ਫਿਰ ਗੁਰੂ ਜੀ ਕਹਿ ਰਹੇ, ਸਿੱਖੋ ਮੈਂ ਤੁਹਾਨੂੰ ਆਪਣੇ ਪੂਰਵਲੇ ਜਨਮ ਦੀ ਕਥਾ ਦੱਸਦਾ, ਕਥਾ ਸੁਣਾਉਂਦਾ ਹਾਂ, ਔਰ ਰਹੀ ਗੱਲ ਫਿਰ ਮੈਂ ਤੁਹਾਨੂੰ ਆਪਣੇ ਆਉਣ ਦਾ ਪ੍ਰਯੋਜਨ ਵੀ ਦੱਸਦਾ। ਗੁਰੂ ਜੀ ਕਿਉਂ ਕਹਿ ਰਹੇ ਨੇ, ਆਪਣੀ ਕਥਾ ਬਖਾਨੋ, ਅਬ ਮੈਂ ਆਪਣੀ ਕਥਾ ਬਖਾਨੋ, ਆਪਣੀ ਕਥਾ ਬਖਾਨੋ, ਆਪਣੀ ਕਥਾ ਬਖਾਨੋ, ਆਪਣੀ ਕਥਾ ਬਖਾਨੋ, ਆਪਣੀ ਕਥਾ ਬਖਾਨੋ।
ਮੈਂ ਤੁਹਾਨੂੰ ਆਪਣੇ ਪਿਛਲੇ ਜਨਮ ਦੀ ਕਥਾ ਸੁਣਾਵਾਂ। ਗੁਰੂ ਕੇ ਸਿੱਖਾਂ ਬੇਨਤੀ ਕੀਤੀ, ਗੁਰੂ ਨੂੰ ਕਰੋ ਕਿਰਪਾ। ਗੁਰੂ ਜੀ ਲੱਗੇ ਕਹਿਣ, ਸਿੱਖੋ, ਪਹਿਲੇ ਜਨਮ ਵਿੱਚ ਮੈਨੂੰ ਜਿੱਥੇ ਕੋਈ ਦੁਸ਼ਟ ਮਿਲਦਾ, ਜਿੱਥੇ ਕੋਈ ਜ਼ਾਲਮ ਮਿਲਦਾ, ਗਊ ਗਰੀਬ ਅਤੇ ਜ਼ੁਲਮ ਕਰਨ ਵਾਲਾ ਮਿਲਦਾ, ਉਸ ਦੁਸ਼ਟ ਨੂੰ ਅਸੀਂ ਮੌਤ ਦੇ ਘਾਟ ਉਤਾਰਦੇ। ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਟਾਂ ਨੂੰ ਸੋਧਣ ਵਾਲਾ ਲੋਕਾਂ ਨੇ ਸਾਨੂੰ ਕਹਿ ਦਿੱਤਾ, ਕਹਿਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਬੀਤਣ ਨਾਲ ਲੋਕਾਂ ਨੇ ਸਾਡਾ ਨਾ ਦੁਸ਼ਟ ਦਮਨ ਰੱਖ ਦਿੱਤਾ। ਦਮ ਕਹਿੰਦੇ ਨੇ, ਕਹਿੰਦੇ ਫਲਾਣੇ ਬੰਦੇ ਨੇ ਫਲਾਣੇ ਦੀ ਨੱਕ 'ਚ ਦਮ ਕਰ ਦਿੱਤਾ। ਪਰ ਗੁਰੂ ਜੀ ਕਹਿੰਦੇ ਨੇ, ਪ੍ਰੇਮੀਓ, ਦੁਸ਼ਟ ਦਮਨ ਦੇ ਅਰਥ ਨੇ ਦੁਸ਼ਟਾਂ ਦੀ ਨੱਕ 'ਚ ਦਮ ਕਰਨ ਵਾਲਾ, ਦੁਸ਼ਟਾਂ ਨੂੰ ਸੋਧਣ ਵਾਲਾ, ਧਰਮ ਦੀ ਰੱਖਿਆ ਕਰਨ ਵਾਲਾ, ਦੁਸ਼ਟ ਦਮਨ। ਜਿਵੇਂ ਕ੍ਰਿਸ਼ਨ ਭਗਵਾਨ ਅਰਜਨ ਨੂੰ ਕਹਿੰਦੇ ਨੇ, ਅਰਜਨ, ਜਬ ਜੋ ਸੰਸਾਰ ਮੇਂ ਧਰਮ ਕੀ ਹਾਨੀ ਹੋਤੀ ਹੈ, ਸੰਤੋਂ ਭਗਤੋਂ ਕੀ ਰਕਸ਼ਾ ਕੇ ਲੀਏ, ਦੁਸ਼ਟੋ ਦੈਂਤੋਂ ਕਾ ਵਿਨਾਸ਼ ਕਰਨੇ ਕੇ ਲੀਏ ਮੈਂ ਖੁਦ ਬਖੁਦ ਅਵਤਾਰ ਧਾਰਨ ਕਰਕੇ ਆਇਆ ਕਰਤਾ ਹੂੰ। ਇੱਧਰ ਗੁਰੂ ਜੀ ਕਹਿੰਦੇ ਨੇ, ਮੈਂ ਸਾਡਾ ਨਾ ਦੁਸ਼ਟ ਦਮਨ ਪੈ ਗਏ, ਬੜਾ ਸਮਾਂ ਬੀਤ ਗਿਆ। ਗੁਰੂ ਜੀ ਲੱਗੇ ਕਹਿਣ, ਇੱਕ ਐਸਾ ਸਮਾਂ ਆਇਆ, ਅਸੀਂ ਸੋਚਿਆ ਸਾਰਾ ਜੀਵਨ ਹੀ ਦੁਸ਼ਟਾਂ ਨੂੰ ਸੋਧਣ ਸੋਧਦੇ ਸੋਧਦੇ ਨਿਕਲ ਗਿਆ। ਪਰਮੇਸ਼ਰ ਦੀ ਯਾਦ ਵਿੱਚ ਕੁਝ ਸਮਾਂ ਲਾਉਣਾ ਸੀ, ਲਾਇਆ ਨਹੀਂ, ਇੰਨਾ ਸਮਾਂ ਨਹੀਂ ਲਾਇਆ ਗਿਆ ਜਿਤਨਾ ਲਾਉਣਾ ਸੀ। ਗੁਰੂ ਜੀ ਲੱਗੇ ਕਹਿਣ, ਫਿਰ ਸਾਡੇ ਮਨ 'ਚ ਵਿਰਾਗ ਪੈਦਾ ਹੋਇਆ, ਵਿਰਾਗ, ਭਈ ਪ੍ਰਾਪਤ ਮਾਨਕ ਤੋਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਕਰੀ। ਸਾਡੇ ਮਨ 'ਚ ਵਿਰਾਗ ਪੈਦਾ ਹੋਇਆ। ਕੋਈ ਕੁਝ ਸਮਾਂ ਆਤਮ ਚਿੰਤਨ ਪਰਮੇਸ਼ਰ ਦੀ ਭਗਤੀ ਵਿੱਚ ਉਹਦੇ ਸਿਮਰਨ 'ਚ ਬਿਤਾਉਣਾ ਚਾਹੀਦਾ। ਗੁਰੂ ਜੀ ਲੱਗੇ ਕਹਿਣ, ਸਿੱਖੋ, ਫਿਰ ਅਸੀਂ ਸੋਚਿਆ ਵੀ ਉਹ ਥਾਂ ਕਿਹੜੀ ਮਿਲੇ ਸਿਮਰਨ ਕਰਨ ਵਾਸਤੇ, ਥਾਂ ਕਿਹੜੀ ਮਿਲੇ, ਭੋਜਨ ਭਜਨ ਖਜ਼ਾਨਾ ਨਾਰੀ, ਇਹ ਚਾਰੋਂ ਪਰਦੇ ਕੇ ਅਧਿਕਾਰੀ। ਭੋਜਨ ਆਪਾਂ ਇੱਕ ਦਿਨ ਜਾਗਦੇ, ਹੁਣ ਵਾਪਸ ਮੁੜ ਕੇ ਆ ਜਾਣਾ। ਅੰਮ੍ਰਿਤ ਵੇਲੇ ਨਹੀਂ ਆਪਾਂ ਜਾਗਦੇ, ਗੁਰੂ ਸਾਹਿਬ ਵੇਖ ਲਓ ਕਿੰਨੇ ਯੁੱਗ ਬੈਠੇ ਰਹਿੰਦੇ। ਸਾਡੇ ਕਹਿੰਦੇ ਨਾ, ਦੇਹ ਗੁਰੂ ਫਲਾਣਾ ਗੁਰੂ ਹੈ, ਇਹਨੂੰ ਲਿਆ ਨਾ ਇੱਥੇ ਸਰੋਵਰ ਦੇ ਵਿੱਚ, ਇਹਨਾਂ ਦਾ 6 ਮਹੀਨੇ ਰਹੋ ਇੱਥੇ, ਜਿਹਦਾ ਕੋਈ ਜਿਉਂਦਾ ਮਿਲ ਜਾਏ, ਇਹ ਸਭ ਦੇਹ ਗੁਰੂ ਹੈ। ਸੱਜਣਾ ਮਿਲਣ ਗੁਰਾਂ ਨੂੰ ਜਾਣਾ ਏ,
ਫਿਰ ਕਹਿੰਦੇ ਸੁਣ ਲਓ ਹੇਮਕੁੰਡ ਪਰਬਤ ਹੈ ਜਹਾਂ। ਸਿੱਖੋ, ਤੁਸੀਂ ਹੇਮਕੁੰਡ ਪਰਬਤ ਦਾ ਨਾਂ ਸੁਣਿਆ ਹੁਣ, ਜਿਸ ਦੀਆਂ ਸੱਤ ਚੋਟੀਆਂ ਤੁਸੀਂ ਭਾਗਾਂ ਵਾਲੇ ਹੋ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਪਹਿਲੀ ਵਾਰੀ 10 ਜੁਲਾਈ ਕਿਤੇ ਦਿਨਾਂ 'ਚ ਆਏ ਸੀ, ਸ਼ੁਰੂ ਦੇ ਹਫ਼ਤੇ 'ਚ। ਉਸ ਦਿਨ ਵੀ ਗੁਰੂ ਦੀ ਬੜੀ ਕਿਰਪਾ ਰਹੀ, ਸੂਰਜ ਨਿਕਲਿਆ, ਬੜੀ ਧੁੱਪ ਸੀ, ਉਹੜੀਆਂ ਸੱਤ ਚੋਟੀਆਂ ਨੇ ਉਸ ਦਿਨ ਨਜ਼ਰ ਆਈਆਂ ਸਨ। ਅਗਸਤ ਦੇ ਮਹੀਨੇ ਦੇ ਵਿੱਚ ਤਾਂ ਉਹ ਸੱਤੇ ਨਜ਼ਰ ਆਉਂਦੀਆਂ ਨੇ, ਸੱਤੇ ਨਿਸ਼ਾਨ ਸਾਹਿਬ ਸਾਧ ਸੰਗਤ ਦੀ ਇਉਂ ਨਜ਼ਰ ਆਉਂਦਾ। ਚੂੜ ਦੇ ਨਿਸ਼ਾਨ ਸਦਾ ਗੁਰੂ ਮਹਾਰਾਜ ਕੇ, ਚੂੜ ਦੇ ਨਿਸ਼ਾਨ ਸਦਾ ਗੁਰੂ ਮਹਾਰਾਜ ਕੇ। ਮਹਾਰਾਜ ਕੇ, ਮਹਾਰਾਜ ਕੇ।
ਨਿਸ਼ਾਨ ਸੱਤਾਂ ਚੋਟੀਆਂ ਤੇ ਸੁਭਾਏ ਮਨ ਹੋ ਰਹੇ ਨੇ। ਮਨ ਨੂੰ ਸੱਤੇ ਨਿਸ਼ਾਨ ਸਾਹਿਬ ਦੁਨੀਆਂ ਦੇ ਲੋਕਾਂ ਨੂੰ ਇਹ ਪੈਗਾਮ ਦੇ ਰਹੇ ਨੇ, ਇਹ ਸੁਨੇਹਾ ਦੇ ਰਹੇ ਨੇ। ਜਦੋਂ ਸੰਸਾਰ ਤੇ ਜ਼ੁਲਮ ਦੀ ਅੱਤ ਹੋ ਗਈ, ਉੱਥੋਂ ਇੱਥੋਂ ਇਸ ਸਥਾਨ ਤੋਂ ਹੀ ਦੁਸ਼ਟ ਦਮਨ ਨੇ ਪਰਮੇਸ਼ੁਰ ਦੀ ਤਪੱਸਿਆ ਕਰਕੇ, ਅਰਾਧਨ ਕਰਕੇ ਜ਼ੁਲਮ ਦਾ ਵਿਨਾਸ਼ ਕਰਨ ਵਾਸਤੇ ਕਲਗੀਆਂ ਵਾਲੇ ਮਾਤ ਲੋਕ 'ਚ ਆਏ ਸਨ। ਸਤਸੰਗ ਜੀ, ਤੋ ਇਹਨਾਂ ਦਿਨਾਂ ਵਿੱਚੋਂ ਸੱਤੇ ਨਿਸ਼ਾਨ ਸਾਹਿਬ ਨੇ ਜਿਹੜੇ ਸੱਤੇ ਚੋਟੀਆਂ ਵੱਖੋ ਵੱਖ ਨਜ਼ਰ ਆਉਂਦੀਆਂ ਨੇ। ਗੁਰੂ ਜੀ ਆਪਣੀ ਬਾਣੀ ਵਿੱਚ ਪਹਿਲਾਂ ਤਾਂ ਕਹਿ ਰਹੇ ਨੇ ਹੇਮਕੁੰਡ ਪਰਬਤ ਦਾ ਨਾਂ ਸੁਣਿਆ ਹੋਵੇਗਾ ਤੁਸੀਂ। ਫਿਰ ਅੱਗੇ ਗੁਰੂ ਜੀ ਨਿਸ਼ਾਨੀਆਂ ਦੱਸ ਰਹੇ ਨੇ, ਹੇਮਕੁੰਡ ਪਰਬਤ ਦੇ ਉੱਤੇ ਇੱਕ ਥਾਂ ਹੈ, ਕਹੋ ਵਾਹਿਗੁਰੂ। ਉਹ ਨਿਸ਼ਾ ਉਹਦੀ ਨਿਸ਼ਾਨੀ ਕੀ ਹੈ? ਸਪਤ ਸਰਿੰਗ ਸੋਭਤ ਹੈ ਤਹਾਂ, ਜਿੱਥੇ ਸੱਤ ਚੋਟੀਆਂ ਆਕਾਸ਼ ਨੂੰ ਜਿਸ ਪਹਾੜ ਦੀਆਂ ਸੱਤ ਚੋਟੀਆਂ ਆਕਾਸ਼ ਲੋਕ ਨੂੰ ਛੂ ਰਹੀਆਂ ਨੇ ਗੁਰੂ ਜੀ ਲੱਗੇ ਘੰਟੇ ਕੋ। ਜਦ ਸਾਡੇ ਮਨ ਵਿੱਚ ਵੈਰਾਗ ਪੈਦਾ ਹੋਇਆ, ਸਾਨੂੰ ਇਸ ਜਗ੍ਹਾ ਪਸੰਦ ਆਈ, ਸਪਤ ਸਰਿੰਗ ਸੋਭਤ ਹੈ ਤਹਾਂ, ਮਾਫ ਕਰਨਾ ਗੁਰੂ ਕੀ ਸੰਗਤ। ਅੱਗੇ ਗੁਰੂ ਜੀ ਕਹਿੰਦੇ ਨੇ, ਫਿਰ ਉਸ ਹੇਮਕੁੰਡ ਪਰਬਤ ਤੇ ਤੈ ਹਮ ਅਨਕ ਤਪੱਸਿਆ ਸਾ। ਬੱਲੇ ਬੱਲੇ, ਕਿੰਨੀ ਕੁ ਤਪੱਸਿਆ! ਸਾਲਾਂ ਦੇ ਰੂਪ ਚ ਨਹੀਂ, ਇਹ ਵਿਦਾਂਤਕਾਰਾਂ ਦਾ ਕਥਨ ਹੈ ਕਿ 3000 ਵਰਾ ਤਪੱਸਿਆ ਕੀਤੀ ਹੈ। ਸ਼ਸਤਰਕਾਰਾਂ ਦੀ ਗੱਲ ਹੈ, ਪਰ ਗੁਰੂ ਜੀ ਕਹਿੰਦੇ ਨੇ ਤੈ ਹਮ ਅਨਕ ਤਪੱਸਿਆ ਸਾਦੀ। ਕਿੰਨੀ ਤਪੱਸਿਆ? ਜਿਸਦੀ ਗਿਣਤੀ ਕਹਿਣ ਕਥਨ ਤੋਂ ਬਾਹਰ ਹੈ, ਉਸ ਪਰਬਤ ਉੱਤੇ ਬੈਠ ਕੇ ਤਪ ਕੀਤਾ ਕਲਗੀਆਂ ਵਾਲੇ ਨੇ। ਚੱਲ ਰਿਹਾ ਉਸ ਪਰਮੇਸ਼ਰ ਦਾ ਧਿਆਨ
ਧਰਿਆ ਮਹਾਂਕਾਲ ਕਾਲਕਾਰਾ ਦੀ। That is the main historical and memorial place of Sikh religion. Out there Master Guru Gobind Singh take meditation of the God here. He connects the power of God and after that they came in the earth. And they establish the foundation of Sikh religion. Okay? Are you interested in tea or coffee with us? Go back. Yes. Sorry. Today have a bad luck with us. And sir, thank you very much. Goodbye. First sleep? Yes. ਕਹਿੰਦੇ ਨੇ ਮਹਾਂਕਾਲ ਉਹ ਸਮਾਂ ਜੋ ਗਿਣਤੀ ਤੋਂ ਬਾਹਰ ਹੋ ਗਏ। ਸਾਧ ਸੰਗਤ ਜੀ ਉਸ ਪਰਮੇਸ਼ਰ ਦੀ ਰਾਤ ਇਤਨਾ ਤਪੱਸਿਆ ਕਰਦੇ ਕਰਦੇ ਪਤਾ ਨੀ ਕਿੰਨਾ ਸਮਾਂ ਗੁਜ਼ਰ ਗਿਆ। ਕਹੋ ਵਾਹਿਗੁਰੂ। ਇਹ ਬਿੱਧ ਕਰਤ ਤਪੱਸਿਆ ਪਏ, ਇਸ ਤਰੀਕੇ ਦੀ ਤਪੱਸਿਆ ਕੀਤੀ। ਇਹ ਬਿੱਧ ਕਰਤ ਤਪੱਸਿਆ ਪਇਓ, ਇਹੋ ਜਿਹੀ ਤਪੱਸਿਆ ਕੀਤੀ। ਇਸ ਤਰ੍ਹਾਂ ਸਮਾਂ ਤਪੱਸਿਆ ਕਰਦੇ ਕਰਦੇ ਸਾਨੂੰ ਪਤਾ ਨੀ ਕਿੰਨਾ ਕੁ ਸਮਾਂ ਬੀਤ ਗਿਆ ਗੱਲ ਕਹਿਣ ਤੋਂ ਬਾਅਦ। ਫਿਰ ਉਹਦਾ ਰਿਜ਼ਲਟ ਕੀ ਨਿਕਲਿਆ? ਤਪੱਸਿਆ ਕਰਦੇ ਕਰਦੇ ਗੁਰੂ ਜੀ ਕਹਿੰਦੇ ਨੇ ਇਹ ਬੁੱਧ ਕਰਤ ਤਪੱਸਿਆ ਪਏ, ਦਵੈਤ ਤੇ ਏਕ ਰੂਪ ਹੋ ਗਏ। ਕਹਿੰਦੇ ਨੇ ਮੈਂ ਤੇ ਪਰਮੇਸ਼ਰ ਇੱਕ ਹੋ ਗਏ। ਕਰਦੇ ਕਹਿੰਦੇ ਪਤਾ ਨੀ ਕਿੰਨਾ ਕੁ ਸਮਾਂ ਗੁਜ਼ਰ ਗਿਆ ਤਪੱਸਿਆ ਕਰਦੇ ਕਰਦੇ। ਕਹਿੰਦੇ ਨੇ ਇੱਕ ਇਹੋ ਜਿਹਾ ਸਮਾਂ ਆਇਆ, ਇਹੋ ਜਿਹਾ ਸਮਾਂ ਆਇਆ, ਮਾਫ ਕਰਨਾ ਗੁਰੂ ਕੀ ਸੰਗਤ,
ਮਾਫ ਕਰਨਾ, ਇਹ ਵਿਦ ਕਰਤ ਤਪੱਸਿਆ ਭਇਓ, ਇਸ ਤਰੀਕੇ ਨਾਲ ਤਪੱਸਿਆ ਕਰਦੇ ਕਰਦੇ ਸਾਡੀ ਤਰ੍ਹਾਂ ਨਹੀਂ, ਤਿੰਨ ਦਿਨ ਨਿਤਨਿਮ ਕਰ ਲਿਆ, ਚੌਥੇ ਦਿਨ ਮੇਰੇ ਵਰਗਾ ਸੰਤੀ ਬਣ ਗਿਆ। ਪਰ ਜੇ ਪੰਜ ਦਿਨ ਕਰ ਲਿਆ ਫਿਰ ਤਾਂ ਗੱਲਾਂ ਨਾਲ ਬ੍ਰਹਮ ਗਿਆਨੀ ਬਣ ਗਿਆ। ਪਰ ਨਹੀਂ ਸਾਧ ਸਿੰਘ ਜੀ, ਉੱਥੇ ਜਾ ਕੇ ਪਤਾ ਲੱਗਦਾ ਕੌਣ ਸੰਤ ਹੈ। ਉਸ ਹੇਮਕੁੰਡ ਸਾਹਿਬ ਦੇ ਸਰੋਵਰ ਦੇ ਵਿੱਚ ਨਾ ਉੱਥੇ ਬਿਠਾਓ ਇਕੱਠੇ ਕਰਕੇ 15-20 ਮੇਰੇ ਵਰਗੇ, ਫਿਰ ਪਤਾ ਲੱਗਦਾ ਵੀ ਇੱਥੇ ਕਿੱਥੇ ਆ ਸਾਧਗਿਰੀ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਸਿੱਖੋ ਇਹ ਵਿਦ ਕਰਤ ਤਪੱਸਿਆ ਭਇਓ, ਤਪੱਸਿਆ ਭਇਓ। ਇੱਕ ਐਸਾ ਸਮਾਂ ਆਇਆ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤ ਤੇ ਏਕ ਰੂਪ ਹੋਏ ਗਏ, ਕਹਿੰਦੇ ਇੱਕ ਰੂਪ ਹੋ ਗਏ। ਛੋਟੀ ਕਾਲ ਗਈ ਜਿਹੜਾ ਹੇਮਕੁੰਡ ਸਾਹਿਬ ਦਾ ਸਥਾਨ ਹੈ, ਸਮਾਂ ਆਊਗਾ ਇਹ ਜਿਹੜੇ ਪਹਾੜ ਨੇ ਰਾਹ ਛੱਡ ਜਾਣਗੇ, ਹੇਮਕੁੰਡ ਸਾਹਿਬ ਉੱਪਰ ਬੱਸ ਜਾਇਆ ਕਰੇਗੀ, ਸਮਝੀਏ। ਜਦ ਖਾਲਸਾ ਰਾਜ ਆਉਣਾ ਉਹਦੇ ਫੈਸਲਿਆਂ ਦੀ ਅਦਾਲਤ ਹੇਮਕੁੰਡ ਸਾਹਿਬ ਹੈ, ਤੇ ਜਿੰਨੀ ਬਨਸਪਤੀ ਖੜੀ ਹੈ ਇਹਨਾਂ ਨੂੰ ਆਪਣੇ ਆਪ ਦਰਖਤ ਫਲ ਲੱਗ ਜਾਣਗੇ। ਕੋਈ ਦੁਨੀਆਂ ਦਾ ਦਰਖਤ ਐਸਾ ਨਹੀਂ ਹੋਵੇਗਾ ਫਲ ਨਹੀਂ ਦੇਵੇ। ਜਿਹੜੇ ਆ ਪਹਾੜ ਨੇ ਸੋਨੇ ਦੇ ਬਣ ਜਾਣਗੇ, ਹਾਂਜੀ ਧਰਤੀ ਅੰਨ ਬੜਾ ਦੇਵੇਗੀ, ਲੋਕਾਂ ਨੂੰ ਫਸਲਾਂ ਬੀਜਣੀਆਂ ਪਿਆ ਕਰਨਗੀਆਂ, ਵੱਢਣੀਆਂ ਪਿਆ ਕਰਨਗੀਆਂ, ਧਰਤੀ ਅੰਨ ਬਹੁਤ ਦੇਵੇਗੀ, ਪਰਬਤ ਦੇਣਗੇ ਲਾਲ, ਪਹਾੜਾਂ ਦੇ ਵਿੱਚੋਂ ਲਾਲ ਨਿਕਲਣੇ, ਤੇ ਜਿੰਨੇ ਵੀ ਪੱਥਰ ਨੇ, ਜਿੰਨੇ ਵੀ ਪੱਥਰ ਰਗੀ ਤੇ ਪੱਥਰ ਇਹ ਸਾਰੇ ਲਾਲ ਬਣ ਜਾਣਗੇ, ਹੀਰੇ ਬਣ ਜਾਣਗੇ। ਖਾਲਸੇ ਦਾ ਰਾਜ ਪਸ਼ੂ ਕੋਈ ਨਹੀਂ ਹੋਊਗਾ, ਦਰਿਆ ਦੁੱਧ ਤੇ ਘਿਓ ਦੇ ਭਰ ਭਰ ਕੇ ਵਗਣਗੇ, ਸਫਾਈ ਬੜੀ ਹੋਵੇਗੀ। ਉਦੋਂ ਗੁਰੂ ਸਾਹਿਬ ਨੇ ਆਪ ਆਉਣਾ, ਆ ਕੇ ਖਾਲਸਾ ਜੀ ਨੇੜੇ ਸਾਹਿਬ 12 ਵਰੇ ਵਿਆਸਾ ਤੋਂ ਪੁੱਠੇ ਪੈਰੀ ਜਲ ਲੈਣ ਵਾਸਤੇ ਜਾਣਾ, ਸਿੱਧੇ ਪੈਰੀ ਲੈ ਕੇ ਆਉਣਾ, 12 ਸਾਲ ਇਸ਼ਨਾਨ ਕਰਾਇਆ, ਖੰਡੂ ਸਾਹਿਬ 5 ਘੱਟਾ ਜੀ ਬੋਲਦੇ ਨੇ, ਇਹ ਗੱਲ ਚਲੀਏ ਜੀ ਨੇੜੇ ਲੱਗੀ ਇੱਕ ਫਿਰ ਬਹਿ ਜਾਂਗੇ ਬਹਿਣਾ ਪਿਆ। Thank you.
Thank you.
ਹੋਇਆ
ਦੁਨੀਆਂ ਦੇ ਵਿੱਚ ਕੂੜ ਦੀ ਝੂੜ ਦੀ ਮੱਛਿਆ ਚੜੀ ਹੋਈ ਸੀ, ਜਿਹੜਾ ਸੱਚ ਦਾ ਚੰਦਰਮਾ ਸੀ ਨਜ਼ਰ ਨਹੀਂ ਸੀ ਆਉਂਦਾ। ਇਹੋ ਜਿਹੇ ਸਮੇਂ ਵਿੱਚ ਦੁਨੀਆਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਲੱਗੇ ਕਹਿਣ, ਸਿੱਖੋ, ਜੀਵਾਂ ਨੇ ਫਰਿਆਦਾਂ ਕੀਤੀਆਂ ਕਾਲ ਪੁਰਖ ਦੇ ਚਰਨਾਂ 'ਚ, ਦੁਖੀਆਂ ਮਜ਼ਲੂਮਿਆਂ ਦੀਆਂ ਪੁਕਾਰਾਂ ਕਾਲ ਪੁਰਖ ਦੇ ਚਰਨਾਂ ਦੇ ਕੰਨਾਂ ਵਿੱਚ ਪਈਆਂ। ਪਰ ਅਕਾਲ ਪੁਰਖ ਨੇ ਸੋਚਿਆ, ਸੰਸਾਰ ਦੇ ਵਿੱਚ ਕਿਹਨੂੰ ਸੰਸਾਰ ਦਾ ਰਹਿਬਰ ਪੈਗੰਬਰ ਬਣਾ ਕੇ ਭੇਜਾ, ਜੋ ਇੱਕ ਦੁਖੀ ਹੈ ਸੰਸਾਰ ਦੇ ਦੁੱਖ ਨੂੰ ਦੂਰ ਕਰੇ। ਗੁਰੂ ਜੀ ਲੱਗੇ ਕਹਿਣ, ਸਿੱਖੋ, ਇੱਧਰ ਅਸੀਂ ਹੇਮਕੁੰਟ ਪਰਬਤ ਤੇ ਅਕਾਲ ਪੁਰਖ ਜੀ ਬੜੇ ਚਿੰਤਤ ਹੋਏ। ਅੰਤਰ ਧਿਆਨ ਹੋ ਕੇ ਅਕਾਲ ਪੁਰਖ ਨੇ ਵੇਖਿਆ, ਕਿਹਨੂੰ ਭੇਜਿਆ ਜਾਂ ਸੰਸਾਰ ਤੇ ਜੋਗੀ ਭੇਜੇ, ਜੋਗੀਆਂ ਨੇ ਜੋਗ ਮਤ ਚਲਾ ਲਿਆ, ਨਾਥ ਭੇਜੇ ਨਾਥਾਂ ਨੇ ਨਾਥ ਮਤ, ਸਿੱਧਾਂ ਨੇ ਸਿੱਧ ਮਤ ਚਲਾ ਲਿਆ, ਬੜੇ ਬੜੇ ਪੀਰ ਪੈਗੰਬਰ ਭੇਜੇ, ਪਰ ਕਿਸੇ ਨੇ ਮੇਰਾ ਦੁਨੀਆਂ ਤੇ ਨਾਮ ਨਹੀਂ ਜਪਾਇਆ। ਜਾ ਕੇ ਮਾਫ ਕਰਨਾ ਗੁਰੂ ਜੀ ਲੱਗੇ ਕਿ ਸਿੱਖੋ, ਹੇਮਕੁੰਟ ਪਰਬਤ ਦੀ ਚੋਟੀ ਤੇ ਜਦੋਂ ਅਕਾਲ ਪੁਰਖ ਨੇ ਅੰਤਰ ਧਿਆਨ ਹੋ ਕੇ ਵੇਖਿਆ ਨਾ, ਇਸ ਹੇਮਕੁੰਟ ਪਰਬਤ ਦੀ ਚੋਟੀ ਤੇ ਅਜੇ ਅਕਾਲ ਪੁਰਖ ਜੀ ਨੂੰ ਬੈਠੇ ਉਹਨਾਂ ਦੇ ਧਿਆਨ ਵਿੱਚ ਆਏ। ਉੱਥੋਂ ਅਕਾਲ ਪੁਰਖ ਜੀ ਮੇਰੇ ਕੋਲ ਸੱਚਖੰਡ ਨੂੰ ਚੱਲ ਕੇ ਮੇਰੇ ਕੋਲ ਹੇਮਕੁੰਟ ਸਾਹਿਬ ਪੁੱਜੇ। ਕਬੀਰ ਮਨ ਪਿਆ ਪਾਸ ਚੱਲ ਕੇ ਆਇਆ। ਮਾਫ ਕਰਨਾ ਗੁਰੂ ਕੀ ਸੰਗਤ, ਗੁਰੂ ਜੀ ਲੱਗੇ ਕਹਿਣ, ਸਾਡੀ ਨਾ ਟੁੱਟਣ ਵਾਲੀ ਸਮਾਧੀ, ਅਟੁੱਟ ਸਮਾਧੀ ਉਸੇ ਤਰ੍ਹਾਂ ਜੁੜੀ ਰਹੀ। ਪਰਮੇਸ਼ਰ ਨੇ ਸਾਨੂੰ ਆ ਕੇ ਕਹਿਣਾ ਕੀਤਾ, ਦੁਸ਼ਟ ਦਮਨ ਨਿਹਾਲ ਨਿਹਾਲ ਨਿਹਾਲ, ਜਦ ਤਿੰਨ ਵਾਰੀ ਆਖਿਆ ਨਾ ਗੁਰੂ ਜੀ ਲੱਗੇ ਕਿ ਸਾਡੀ ਸਮਾਧੀ ਨਹੀਂ ਖੁੱਲੀ। ਕਿਹੜਾ ਪਿੰਡਾ ਮਿਲ ਗੁਰਾਂ ਨੂੰ ਜਾਣਾ ਏ, ਉੱਚੀ ਕਾਤੀ ਬਿਗੜਾ ਪਿੰਡਾ ਮਿਲ ਗੁਰਾਂ ਨੂੰ ਜਾਣਾ ਏ, ਉੱਚੀ ਕਾਤੀ ਬਿਗੜਾ ਪਿੰਡਾ ਮਿਲ ਗੁਰਾਂ ਨੂੰ ਜਾਣਾ ਏ, ਉੱਚੀ ਕਾਤੀ ਬਿਗੜਾ ਪਿੰਡਾ ਮਿਲ ਗੁਰਾਂ ਨੂੰ ਜਾਣਾ ਏ, ਘਾਟੀ ਤੇ ਬਿਗੜਾ ਪੈਂਦਾ ਮਿਲਣ ਗੁਰਾਂ ਨੂੰ ਜਾਣਾ ਏ, ਉੱਚੀ ਘਾਟੀ ਬਿਗੜਾ ਪੈਂਦਾ ਮਿਲਣ ਗੁਰਾਂ ਨੂੰ ਜਾਣਾ ਏ, ਉੱਚੀ ਘਾਟੀ ਬਿਗੜਾ ਪੈਂਦਾ ਮਿਲਣ ਗੁਰਾਂ ਨੂੰ ਜਾਣਾ ਏ, ਉੱਚੀ ਘਾਟੀ ਬਿਗੜਾ ਪੈਂਦਾ ਮਿਲਣ ਗੁਰਾਂ ਨੂੰ ਜਾਣਾ ਏ, ਮਿਲਣ ਗੁਰਾਂ ਨੂੰ ਜਾਣਾ, ਗੁਰਾਂ ਨੂੰ ਜਾਣਾ ਏ, ਮਿਲਣ 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 ਗੁਰਾਂ ਨੂੰ
ਗੁਰਾਨੂੰ ਜਾਣਾ ਏ, ਮਿਲਣ ਗੁਰਾਨੂੰ ਜਾਣਾ ਏ, ਮਿਲਣ ਗੁਰਾਨੂੰ ਜਾਣਾ ਏ, ਬਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਉੱਚੀ ਘਾਟੀ ਤੇ ਬਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਉੱਚੀ ਘਾਟੀ ਬਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਉੱਚੀ ਘਾਟੀ ਬਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਗਲੀਏ ਚਿੱਕੜ ਦੂਰ ਕਰ, 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 ਨੂੰ ਜਾਣਾ ਏ, ਉੱਚੀ ਘਾਟੀ ਵਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਔਖੀ ਘਾਟੀ ਵਿਖੜਾ ਪੈਂਦਾ ਮਿਲਣ ਗੁਰਾਨੂੰ ਜਾਣਾ ਏ, ਚੱਲਾਂ ਪੱਪੀ ਤੇ ਕੰਬੂਲੀ, ਚੱਲਾਂ ਪੱਪੀ ਤੇ ਕੰਬੂਲੀ, ਚੱਲਾਂ ਪੱਪੀ ਤੇ ਕੰਬੂਲੀ, ਚੱਲਾਂ ਪੱਪੀ ਤੇ ਕੰਬੂਲੀ, ਬਹੁਤ ਟੁੱਟਣੋ ਮਨ ਗੁਰਾਨੂੰ ਜਾਣਾ ਹੈ, ਉੱਚੀ ਘਾਟੀ ਵਿਖੜਾ ਪੈਂਦਾ ਮਨ ਗੁਰਾਨੂੰ ਜਾਣਾ ਹੈ, ਉੱਚੀ ਘਾਟੀ ਵਿਖੜਾ ਪੈਂਦਾ ਮਨ ਗੁਰਾਨੂੰ ਜਾਣਾ ਹੈ, ਟੁੱਟੇ ਨਾਹੀ ਨੇ ਮਿਲਣ ਗੁਰਾਨੂੰ ਜਾਣਾ ਏ, ਇਸ ਵਾਰੀ ਪਤਾ ਕਿਉਂ ਇਹਨਾਂ ਦਿਨਾਂ 'ਚ ਆਉਂਦੇ ਹਾਂ, ਮੌਸਮ ਸਾਫ਼ ਹੈ, ਸੱਤੇ ਚੋਟੀਆਂ ਸੱਤੇ ਨਿਸ਼ਾਨ ਸਾਹਿਬ ਦਰਜ ਹੁੰਦੇ ਨੇ, ਇੱਦੂ ਪਹਿਲਾਂ ਨਹੀਂ ਪਤਾ ਨਹੀਂ ਕਿੰਨੇ ਚੁੱਕ ਬੈਠੇ ਨੇ, ਪੰਥ ਐਵੇਂ ਥੋੜ੍ਹਾ ਸਾਜ ਹੈ, ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਜੰਮ ਸਕਦਾ, ਜੇ ਕਿਸੇ ਕੁਰਾਹੇ ਬੰਦੇ ਨੂੰ ਰਾਹੇ ਪਾ ਦਈਏ, ਹਾਂ ਬਈ ਜੇ ਕਿਸੇ ਕੁਰਾਹੇ ਬੰਦੇ ਨੂੰ ਰਾਹੇ ਪਾ ਦਈਏ, ਉਨਾ ਕੇ ਪਾਪ ਹੈ, ਹਾਂਜੀ ਜਿੰਨੇ ਤੁਹਾਨੂੰ ਅਸੀਂ ਕਹਿੰਦੇ ਹਾਂ ਨਾ ਭਾਈ, ਆ ਰਾਧਾ ਸਵਾਮੀਆਂ ਤੋਂ ਬਚ ਜਾਓ, ਨਿਰੰਕਾਰੀਆਂ ਤੋਂ ਬਚ ਜਾਓ, ਪਖੰਡੀਆਂ ਤੋਂ ਬਚ ਜਾਓ, ਗੁਰੂ ਗ੍ਰੰਥ ਦੇ ਲੜ ਲੱਗ ਜਾਓ, ਅਸੀਂ ਕੀ ਲੈਣਾ, ਸਾਡੇ ਉਹਦਾ ਧੱਕੇ ਖਾਓ ਭਾਵੇਂ ਜਿੱਥੇ ਮਰਜ਼ੀ, ਪਰ ਨਹੀਂ ਤੁਸੀਂ ਔਖੇ ਹੋਵੋਗੇ, ਸਮਝ ਗਏ ਨਾ, ਜੋ ਪ੍ਰਤਾਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਗੁਰੂ ਸਾਹਿਬ ਦਾ, ਬਾਬਾ
ਸਭ ਤੋਂ ਸਿਰਿੰਗ ਸੋਵਤ ਹੈ ਤੁਹਾਂ ਮਕੁੰਡ ਤੇ ਬਹਿ ਕੇ ਤਬ ਕੀਤਾ ਵਾਜਾਂ ਵਾਲੇ ਨੇ ਤਬ ਕੀਤਾ ਕਲਗੀਆਂ ਵਾਲੇ ਨੇ ਮਕੁੰਡ ਦੇ ਬਹਿ ਕੇ ਤਬ ਕੀਤਾ ਪਰਮੇਸ਼ਰ ਦੇ ਚਿਹਰੇ ਤੋਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨੂੰ ਮੈਂ ਝੱਲ ਨਹੀਂ ਸਕਿਆ। ਮੈਂ ਉਹਦੇ ਚਰਨਾਂ 'ਚ ਢਹਿ ਪਿਆ। ਬਾਬਾ ਜੀ, ਆਪ ਜੀ ਨੇ ਇੰਨਾ ਕਸ਼ਟ ਕਿਉਂ ਕੀਤਾ? ਉਸ ਮੈਂ ਉਸ ਸਮੇਂ ਮੈਨੂੰ ਪਰਮੇਸ਼ਰ ਲੱਗੇ ਕਹਿਣ ਦੁਸ਼ਮਨ। ਗੱਲਾਂ ਬਹੁਤੀਆਂ ਦਲੀਲਾਂ ਤੇ ਵਿਚਾਰਾਂ ਕਰਨ ਦਾ ਨਹੀਂ, ਛੇਤੀ ਕਰੋ ਛੇਤੀ ਕਰੋ। ਇੰਨੀ ਗੱਲ ਹੀ ਕਹੀ, ਹੋ ਕੇ ਤੇ ਸੱਚਖੰਡ ਪੁੱਜੇ। ਜਦੋਂ ਸੱਚਖੰਡ ਪੁੱਜੇ ਤੇ ਗੁਰੂ ਜੀ ਲੱਗੇ ਕਹਿਣ ਕੀ, ਜਦੋਂ ਅਸੀਂ ਸੱਚਖੰਡ ਪੁੱਜੇ ਸਿੱਖੋ, ਸ੍ਰੀ ਰਾਮ ਚੰਦਰ ਕ੍ਰਿਸ਼ਨ ਹਜ਼ਰਤ ਮੁਹੰਮਦ ਤੇ ਈਸਾ ਵਰਗੇ ਅਵਤਾਰਾਂ ਦੀ ਗਿਣਤੀ 20,000 ਦੀ ਗਿਣਤੀ ਦੇ ਵਿੱਚ ਅਵਤਾਰ ਗੜ ਵਿੱਚ ਪੱਲੂ ਪਾ ਕੇ ਖਲੋਤੇ ਹੋਏ ਸਨ। ਅਸੀਂ ਵੀ ਖੜੇ ਹੋ ਗਏ ਗੱਲ ਚ ਪੱਲੂ ਪਾ ਕੇ ਦੋਵੇਂ ਜੁੜ ਕੇ ਅਸੀਂ ਵੀ ਖੜੇ ਹੋ ਗਏ। ਅਕਾਲ ਪੁਰਖ ਜੀ ਆਪਣੇ ਰਾਜ ਸਿੰਘਾਸਨ ਤੇ ਜਾ ਕੇ ਨਾ ਬਿਰਾਜਮਾਨ ਹੋ ਗਏ। ਮੈਂ ਉਹਨਾਂ ਸਾਰੇ ਅਵਤਾਰਾਂ ਵੱਲ ਗੁਰੂ ਜੀ ਕਹਿੰਦੇ ਨੇ ਝਾਕਿਆ, ਉਹਨਾਂ ਨੇ ਦੇਖਿਆ ਚੱਲ। ਅਸੀਂ ਉਹਨਾਂ ਅਵਤਾਰਾਂ ਨੂੰ ਪੁੱਛਿਆ, ਭਾਈ ਕੀ ਗੱਲ, ਤੁਸੀਂ ਨੀਵੀਆਂ ਪਾ ਕੇ ਤੂੰ ਖਲੋਤੇ ਹੋਏ ਹੋ? ਮੈਨੂੰ ਆਖਿਆ ਦੁਸ਼ਟ ਦਮਨ, ਦੁਨੀਆਂ ਦੇ ਵਿੱਚ ਹਾਹਾਕਾਰ ਮੱਚੀ ਹੋਈ, ਧਰਮ ਮਰ ਚੁੱਕਾ ਹੈ, ਧਰਮ ਮਰ ਚੁੱਕਾ। ਗਊ ਤੇ ਗਰੀਬ ਤੇ ਜ਼ੁਲਮ ਢਾਏ ਜਾਂਦੇ ਨੇ, ਮਾਫ ਕਰਨਾ। ਗਰੀਬ ਤੇ ਗਊ ਦੀ, ਗਰੀਬ ਦੀ ਬਾਂਹ ਫੜਨ ਵਾਲਾ, ਗਊ ਦੀ ਰੱਖਿਆ ਕਰਨ ਵਾਲਾ ਕੋਈ ਮਾਤਲੋਕ ਵਿੱਚ ਰਿਹਾ ਨਹੀਂ। ਅਸੀਂ ਪੁੱਛਿਆ, ਫਿਰ ਤੁਸੀਂ ਨੀਵੀਆਂ ਪਾ ਕੇ ਕਿਉਂ ਖਲੋਤੇ ਹੋ? ਅਵਤਾਰਾਂ ਨੇ ਆਖਿਆ, ਦੁਸ਼ਟ ਦਮਨ ਜੀ, ਅਕਾਲ ਪੁਰਖ ਜੀ ਅੱਜ ਇਹਨਾਂ ਦਿਨਾਂ ਵਿੱਚ ਚਿੰਤਾ 'ਚ ਰਹਿੰਦੇ ਨੇ। ਅਕਾਲ ਪੁਰਖ ਜੀ ਸੰਸਾਰ ਦੇ ਵਿੱਚ ਕਿਸੇ ਨੂੰ ਸੰਸਾਰ ਦਾ ਵਾਰਿਸ ਬਣਾ ਕੇ, ਪੈਗੰਬਰ ਬਣਾ ਕੇ, ਰਹਿਬਰ ਬਣਾ ਕੇ ਭੇਜਣਾ ਚਾਹੁੰਦੇ ਨੇ। ਅਸੀਂ ਤਾਂ ਨੀਵੀ ਇਸ ਕਰਕੇ ਪਾ ਕੇ ਖਲੋਤੇ ਹਾਂ ਕਿ ਕਲਯੁੱਗ ਅੱਗੇ ਸਾਡੀ ਵੀ ਦਾਲ ਨਹੀਂ ਗਲਣੀ, ਸਾਡੀ ਕਲਯੁੱਗ ਅੱਗੇ ਦਾਲ ਨਹੀਂ ਗਲਣੀ।
ਲਾ ਕੇ ਖਲੋਤੇ ਕਿਤੇ ਕਾਲ ਪੁਰਖ ਜੀ ਸਾਡਾ ਨੰਬਰ ਨਾ ਲਾ ਦੇ। ਗੁਰੂ ਜੀ ਲੱਗੇ ਗੱਲ ਸਿੱਖੋ, ਉਹਨਾਂ ਅਵਤਾਰਾਂ ਦੇ ਵਿੱਚ ਅਸੀਂ ਵੀ ਖੜੇ ਹੋ ਗਏ। ਗੱਲ ਚ ਪੱਲੂ ਪਾ ਕੇ ਜਦ ਅਸੀਂ ਖੜੇ ਹੋ ਗਏ ਨਾ, ਤਾਂ ਮੈਨੂੰ ਮੇਰੇ ਅਕਾਲ ਪੁਰਖ ਪਿਤਾ ਜੀ ਕਹਿਣ ਲੱਗੇ, ਦੁਸ਼ਟ ਦਮਨ ਚੱਕੋ ਤਲਵਾਰ, ਜਾਓ ਮਾਤ ਲੋਕ ਵਿੱਚ, ਮੈਂ ਤੁਹਾਨੂੰ ਗਊ ਤੇ ਗਰੀਬ ਦਾ ਰਾਖਾ ਬਣਾ ਕੇ ਮਾਤ ਲੋਕ ਵਿੱਚ ਭੇਜਣਾ ਚਾਹੁੰਦਾ। ਗੁਰੂ ਜੀ ਲੱਗੇ ਕੰਨ ਸਿੱਖੋ, ਅੱਗੋਂ ਅੰਦਾਜ਼ਾ ਗੁਰੂ ਜੀ ਲੱਗੇ ਕੰਨ ਸਿੱਖੋ, ਮੇਰੇ ਸਾਹਮਣੇ ਦੋ ਗੱਲਾਂ ਆ ਗਈਆਂ। ਕਿਹੜੀਆਂ? ਪਹਿਲੀ ਗੱਲ, ਮੈਂ ਦੁਨੀਆਂ ਦੀ ਹਾਲਤ ਤੂੰ ਜਾਣੂ ਸਾਂ, ਕਿਉਂ ਦੁਸ਼ਟਾਂ ਨੂੰ ਮਾਰ ਮਾਰ ਕੇ ਮੇਰਾ ਨਾਂ ਦੁਸ਼ਟ ਦਮਣ ਪੈ ਗਿਆ ਸੀ। ਗੁਰੂ ਜੀ ਲੱਗੇ ਕੰਨ ਸਿੱਖੋ, ਇੱਕ ਪਾਸੇ ਤਾਂ ਮੈਂ ਸੰਸਾਰ ਦੀ ਹਾਲਤ ਤੂੰ ਜਾਣੂ ਸਾਂ, ਦੂਜੇ ਪਾਸੇ ਮੇਰੇ ਪਿਤਾ ਪਰਮੇਸ਼ਰ ਦਾ ਬਚਨ ਸੀ। ਜਦੋਂ ਮੈਨੂੰ ਅਕਾਲ ਪੁਰਖ ਜੀ ਨੇ ਕਹਿਣਾ ਕੀਤਾ, ਜਾਓ ਮਾਤ ਲੋਕ ਵਿੱਚ, ਚੱਕੋ ਤਲਵਾਰ ਤੇ ਜਾਲਮਾਂ ਨੂੰ ਸੋਧੋ, ਗੁਰੂ ਜੀ ਲੱਗੇ ਕਹਿਣ, ਅਸੀਂ ਦੋਵੇਂ ਜੁੜ ਕੇ ਬੇਨਤੀ ਕੀਤੀ, ਪਿਤਾ ਜੀ ਮੇਰਾ ਮਾਤ ਲੋਕ ਵਿੱਚ ਜਾਣ ਨੂੰ ਚਿੱਤ ਨਹੀਂ ਕਰਦਾ। ਅਯੂਰ ਲਿਖਦੇ ਨੇ ਆਪਣੀ ਬਾਣੀ ਚ, ਆਪਣੀ ਜ਼ਬਾਨੀ ਦੱਸ ਰਹੇ ਨੇ ਕਲਗੀਆਂ ਵਾਲੇ ਆਪਣੀ ਕਹਾਣੀ। ਨਾ ਕੀਤਾ ਨਾ ਕੀਤਾ ਚਿਤਰਾਉਣ ਨੂੰ, ਨਾ ਕੀਤਾ ਨਾ ਕੀਤਾ ਚਿਤਰਾਉਣ ਨੂੰ, ਨਾ ਕੀਤਾ ਨਾ ਕੀਤਾ ਜੁੜੀ ਰਹੀ। ਜਿੱਤ ਕੀਤਾ ਨਾ ਆਉਣ ਨੂੰ ਮੇਰਾ, ਦੁਨੀਆ ਦਾ ਹਾਲ ਵੇਖ ਕੇ ਜਿੱਤ ਕੀਤਾ ਨਾ ਆਉਣ ਨੂੰ ਮੇਰਾ, ਉਹ ਦੁਨੀਆ ਦਾ ਹਾਲ ਵੇਖ ਕੇ ਦੇਖ ਕੇ
ਮੇਰਾ ਪਰਮੇਸ਼ਰ ਮੇਰਾ ਸੰਸਾਰ ਵਿੱਚ ਜਾਣ ਨੂੰ ਚਿੱਤ ਨਹੀਂ ਕਰਦਾ, ਮੈਨੂੰ ਮੇਰੇ ਪਿਤਾ ਪਰਮੇਸ਼ਰ ਜੀ ਲੱਗੇ ਕਹਿਣ। ਗੁਰਤ ਦਮਣ ਤੇਰਾ ਚਿੱਤ ਤੇ ਨਹੀਂ ਕਰਦਾ, ਪਰ ਮੋਹੇ ਆਪਣਾ ਸੁੱਧ ਤੋਹੇ ਨਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ। ਗੁਰੂ ਜੀ ਕਹਿਣ ਲੱਗੇ ਵੀ ਮੈਨੂੰ ਪਰਮੇਸ਼ਰ ਨੇ ਆਖਿਆ ਭੇਜ ਕਿਉਂ ਰਿਹਾ? ਪੰਥ ਪ੍ਰਪੰਚ ਕਰ ਪਏ ਪਸਾਜਾ, ਮਾਫ ਕਰਨਾ, ਤੈਨੂੰ ਪੰਥ ਸਾਜਣ ਵਾਸਤੇ ਤੈਨੂੰ ਮਾਤਮਾ ਵਿੱਚ ਭੇਜ ਰਿਹਾ। ਗੁਰੂ ਜੀ ਲੱਗੇ ਕਹਿਣ ਟਿੱਕੋ, ਅਸੀਂ ਤਾਂ ਤਪੱਸਿਆ ਕਰ ਰਹੇ ਸੀ ਪਰ ਵਾਪਸ ਕਰਦੇ ਨੂੰ ਬੁਲਾਇਆ ਮੈਨੂੰ ਹਰੀ ਨੇ, ਪੰਥ ਦੇ ਨਾਮ ਨੇ ਵਾਪਸ ਕਰਦੇ ਨੂੰ ਬੁਲਾਇਆ ਮੈਨੂੰ ਆਹ
ਤੈਨੂੰ ਪੁੱਤਰ ਬਣਾ ਕੇ ਆਪਣਾ ਪੁੱਤਰ ਬਣਾ ਕੇ ਸੰਸਾਰ ਦੇ ਵਿੱਚ ਭੇਜ ਰਿਹਾ। ਜੋ ਦੁਸ਼ਟਾਂ ਦਾ ਨਾਸ਼ ਕਰੋ, ਐਸਾ ਪੰਥ ਚਲਾਓ ਜੋ ਮੇਰੇ ਨਾਮ ਤੋਂ ਬਿਨਾਂ ਕਿਸੇ ਹੋਰ ਨੂੰ ਮੰਨੇ ਹੀ ਨਾ। ਗੁਰੂ ਜੀ ਲੱਗੇ ਕਹਿਣ, ਅਸੀਂ ਦੋਵੇਂ ਆ ਜੁੜ ਕੇ ਤੇ ਸੀਸ ਨਿਵਾਸਤਾ ਤੇ ਨਾਲ ਬੇਨਤੀ ਕੀਤੀ, ਪਿਤਾ ਜੀ ਪੰਥ ਤੇ ਏਦਾਂ ਚਲੇਗਾ ਪਰ ਪੰਥ ਮੇਰਾ ਚਲਾਇਆ ਨੀ ਚੱਲਣਾ। ਅੱਜ ਕੱਲ ਤਾਂ ਮੇਰੇ ਵਰਗੇ ਆਪਣੇ ਆਪ ਨੂੰ ਪੰਥ ਦੇ ਬਾਰੇ ਸਮਝੀ ਬੈਠਣ ਕੀ ਖਬਰੇ ਪੰਥ ਸਾਡੇ ਕਰਕੇ ਜੂੰਦਾ। ਪਰ ਗੁਰੂ ਜੀ ਲੱਗੇ ਕਹਿਣ, ਗਰੀਬ ਨਿਵਾਜ, ਇਹ ਪੰਥ ਚੱਲੂਗਾ ਸਹੀ ਜਿਹੋ ਜਿਹਾ ਤੁਹਾਨੂੰ ਚਾਹੀਦਾ, ਮੰਨੂਗਾ ਤੇਰੇ ਨਾਮ ਨਾਲ ਹੀ। ਜਦ ਸਿੱਖ ਫਤਿਹ ਬਣਾਉਂਦਾ ਤੇ ਵਿੱਚ ਅਕਾਲ ਪੁਰਖ ਵਿਚੋਲਾ ਹੋ ਜਾਂਦਾ। ਕਹੋ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਹੁਣ ਗੁਰੂ ਸਾਹਿਬ ਲੱਗੇ ਕਹਿ ਰਹੇ ਨੇ ਕਿ ਇਹ ਵੀ ਦੋਵੇਂ ਆ ਜੁੜ ਕੇ ਤੇ ਸੀਸ ਨਿਵਾਸਤਾ ਤੇ ਨਾਲੇ ਦੀ ਗੱਲ ਕਰਤੀ। ਠੰਡ ਪਇਓ ਮੈਂ ਜੋਰ ਕਰ ਗਰੀਬ ਨਿਵਾਜ, ਇਹ ਪੰਥ ਮੇਰਾ ਚਲਾਇਆ ਨੀ ਚੱਲਣਾ, ਚੱਲੇਗਾ ਵੈਸੇ ਜੇ ਸਭ ਚਾਹੁੰਦੇ ਪਰ ਚੱਲੂਗਾ ਤੇਰੀ ਕਿਰਪਾ ਨਾਲ। ਪੰਥ ਚੱਲੇਗਾ ਖਾਲਸਾ, ਕਿਰਪਾ ਤੇਰੀ ਹੋ ਜਾ ਮਾਹੇ। ਪੰਥ ਚੱਲੇਗਾ ਹੋਏਗਾ।
ਕਰੇਗਾ। ਹਜ਼ੂਰ ਲੱਗੇ ਕਹਿਣ ਸਿੱਖੋ ਫਿਰ ਮੇਰਾ ਆਉਣਾ, ਸੁਣ ਲਓ ਮੇਰਾ ਆਉਣਾ ਕਾਹਦੇ ਵਾਸਤੇ ਹੋਇਆ। ਹਮ ਇਹ ਕਾਜ ਜਗਤ ਮੈਂ ਆਏ ਧਰਮ ਹੈ, ਕਾਜ ਤਰਾ ਹਮ ਜਨਮ ਜਾਣ ਲਿਓ ਸਿੱਖੋ। ਮਨ ਚ ਵਿਚਾਰ ਕਰਕੇ ਦੇਖੋ, ਵਿਚਾਰ ਕੇ ਦੇਖੋ, ਸਾਡਾ ਜਨਮ ਹੀ ਇਸੇ ਕਰਕੇ ਹੋਇਆ, ਅਵਤਾਰ ਹੀ ਇਸੇ ਕਰਕੇ ਹੋਇਆ। ਦੁਸ਼ਟ ਉਦਾਹਰਨ ਮਾਫ ਕਰਨਾ, ਦੁਸ਼ਟਾਂ ਦਾ ਵਿਨਾਸ਼ ਕਰਨ ਵਾਸਤੇ ਸੰਤ ਉਭਾਰਨ, ਸੰਤਾਂ ਦੀ ਰੱਖਿਆ ਕਰਨ ਵਾਸਤੇ, ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਸਾਡਾ ਅਵਤਾਰ ਹੋਇਆ। ਸਾਰਾ ਸਰਪੰਚ ਵੀ ਵਾਰਿਆ ਜਾਏ, ਆਪ ਕਿਰਪਾ ਕਰੋ। ਆਪ ਕਿਰਪਾ ਕਰੋ।
ਵੇਖੋ ਮੇਰੀ ਅੱਖੀਆਂ ਦੇ ਵਿੱਚ ਹੰਝੂ ਨਾ ਕਰੇ। ਸੱਚੇ ਪਾਤਸ਼ਾਹ ਜ਼ਾਲਮ ਤੇ ਜ਼ੁਲਮ ਨੂੰ ਰੋਕਣ ਵਾਸਤੇ ਜੇ ਮੈਨੂੰ ਸਿਰ ਧੜ ਦੀ ਬਾਜ ਵੀ ਲਾਉਣੀ ਪੈ ਜੇ, ਜੰਗ 'ਚ ਜੂਝਣਾ ਵੀ ਪੈ ਜੇ, ਕਿਰਪਾ ਕਰੋ ਮੇਰੇ ਸਿਰ ਤੇ ਮੇਰੇ ਪਰ ਹੱਥ ਰੱਖਣਾ। ਦਰਸ਼ਨ ਕਰਨ ਵਾਸਤੇ ਜਾ ਰਹੇ ਖਾਲਸਾ ਜੀ, ਜਿਹੜਾ ਇੱਕ ਦੂਜੇ ਨਾਲ ਲੜੂਗਾ ਉਹਦੀ ਯਾਤਰਾ ਹੀ ਦੂਰੀ ਹੈ। ਸਤਸੰਗ ਜੀ ਭੈਣ ਭਰਾਵਾਂ ਵਾਂਗੂ ਜਾਣਾ ਉਸ ਪਵਿੱਤਰ ਧਰਤੀ ਤੇ, ਸਤਸੰਗ ਜੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਪੁੱਜਣਾ। ਇਹ ਸਮਾਂ ਸਾਰਾ ਸਮਾਂ ਰਸਤੇ ਵਿੱਚ ਜਾਪ ਕਰਦੇ ਜਾਣਾ। ਜ਼ਿੰਦਗੀ 'ਚ ਹੈ ਕਿ ਖਾਲਸਾ ਜੀ, ਜਿੱਥੇ ਵਾਹਿਗੁਰੂ ਦੇ ਨਾਮ ਦਾ ਜਾਪ ਹੈ ਉੱਥੇ ਉਹ ਆਪ ਹੈ। ਜਿਹਦੇ ਹਿਰਦੇ ਵਿੱਚ ਜਾਪ ਨਹੀਂ ਉਹਨੂੰ ਸਰਾਪ ਹੈ ਸਤਸੰਗ ਜੀ। ਜਿਹਦੇ ਹਿਰਦੇ ਵਿੱਚ ਜਾਪ ਨਹੀਂ ਪਰਮੇਸ਼ਰ ਦੇ ਨਾਮ ਦਾ, ਸਮਝ ਲਓ ਉਹਨੂੰ ਪਰਮੇਸ਼ਰ ਦਾ ਸਰਾਪ ਹੈ, ਗੁਰੂ ਘਰੋਂ ਸਰਾਪ ਹੈ। ਜਿਹਦੇ ਹਿਰਦੇ ਵਿੱਚ ਜਾਪ ਹੈ ਉੱਥੇ ਗੁਰੂ ਨਾਨਕ ਆਪ ਹੈ। ਸਮਾਂ ਵੱਧ ਤੋਂ ਵੱਧ ਗੁਰੂ ਚਰਨਾਂ 'ਚ ਲਾਉਣਾ। ਇੱਕ ਵਾਰੀ ਫਿਰ ਪੜ੍ਹ ਲਓ,
ਕਾਟੀ ਵਿਖੜਾ ਪੈਂਦਾ ਮਿਲ ਗੁਰਾਂ ਨੂੰ ਜਾਣਾ ਕਰੋ ਜਿਹੜੀਆਂ ਸੰਗਤਾਂ ਸ਼ਬਦ ਵਿੱਚ ਨਹੀਂ ਬੋਲੀਆਂ ਉਹ ਗੁਰੂ ਸਤੋਤਰ ਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਉਹ ਦੁੰਬਾ ਅਰਦਾਸ ਹੋਵੇਗੀ। ਇਹ ਗੁਰੂ ਸਤੋਤਰ ਦੀ ਮਰਿਆਦਾ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਤੋਂ ਚੱਲੀ ਸੀ। ਸੰਤ ਜੀ ਮਹਾਰਾਜ ਕਿਹਾ ਕਰਦੇ ਸਨ ਕਿ ਜਿਹੜਾ ਇੱਕ ਵਾਰੀ ਧੰਨ ਕਹੇਗਾ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਬਾਣੀ ਦਾ ਪ੍ਰਮਾਣ ਹੈ। ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜੰਮ ਨੇੜ ਨਾ ਆਇਆ। ਜਿਹੜਾ ਇੱਕ ਵਾਰੀ ਧੰਨ ਕਹੂਗਾ ਉਹਦੇ ਨੇੜੇ ਨਹੀਂ ਜੰਮ ਆਉਂਦਾ ਅਤੇ ਜਿਹੜੇ 11-12 ਵਾਰੀ ਧੰਨ ਹੈ ਕਹਿਣਗੇ ਉਹਨਾਂ ਦੇ ਨੇੜੇ ਜੰਮ ਕਿੱਦਾਂ ਆਜੂਗਾ, ਆਊਗਾ ਹੀ ਨਹੀਂ। ਗੁਰੂ ਸਤੋਤਰ ਪੜ੍ਹਨ ਤੋਂ ਪਹਿਲਾਂ ਅਸੀਂ ਅਤੀ ਧੰਨਵਾਦੀ ਹਾਂ ਇੱਥੇ ਦੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਸੰਗਤ ਦੀ ਬੜੀ ਸੇਵਾ ਕੀਤੀ ਹੈ, ਵੱਧ ਤੋਂ ਵੱਧ ਸੰਗਤ ਨੂੰ ਸਹਿਯੋਗ ਦਿੱਤਾ ਹੈ। ਔਰ ਅਗਲੀ ਬੇਨਤੀ ਹੈ ਇਹ ਮਾਇਆ ਇੱਥੇ ਗੁਰੂ ਕਰ ਲਾ ਦੇਣ। ਸੰਗਤਾਂ ਆਉਂਦੀਆਂ ਹਨ ਜਾਂਦੀਆਂ ਹਨ, ਸੋ ਸਾਧ ਸਿੰਘ ਜੀ ਫਰਜ਼ ਵੀ ਇਹੀ ਬਣਨ ਦਾ। ਪ੍ਰਬੰਧਕਾਂ ਨੇ ਬਹੁਤ ਸਹਿਯੋਗ ਦਿੱਤਾ, ਸੰਗਤ ਭਾਵੇਂ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਗੁਰੂ ਦੀ ਕਿਰਪਾ ਰਹੀ। ਸੋ ਇੱਕ ਦੋ ਬੇਨਤੀ ਹੋਰ ਹੈ ਕਿ ਇੱਥੋਂ ਜਿਹੜੀਆਂ ਬੀਬੀਆਂ ਨੇ ਜਿੰਨੀ ਵੀ ਸੰਗਤ ਆਈ ਦੂਰ ਨੇੜੇ ਸਾਰੇ ਨੇ ਜਾਣਾ, ਤਾਂ ਉਹ ਬੇਨਤੀ ਹੈ ਕਿ ਹੁਣ ਅਰਦਾਸ ਤੋਂ ਬਾਅਦ ਲੰਗਰ ਵੀ ਜਾ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਉਸ ਤੋਂ ਬਾਅਦ ਰਸਤੇ ਵਾਸਤੇ ਪ੍ਰਸ਼ਾਦਾ ਮਾਈਆਂ ਨਾਲ ਲੱਗ ਕੇ ਤਿਆਰ ਕਰ ਲੈਣ। ਸੋ ਸਾਧ ਸੰਗਤ ਫਿਰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਦਾਸ ਇੱਕ ਵਾਰੀ ਫਿਰ ਧੰਨ ਹੈ।
ਦੇ ਖਾਣੀ ਖਾਣੀ ਰੋਟੀ ਤੇ ਗੁਜ਼ਾਰਾ ਕੀਤਾ। ਆਪਣੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਾਟਾ ਦੇ ਤਰ੍ਹਾਂ ਵਿੱਚ ਹਾਰ ਪਵਾਇਆ ਤੇ ਟਕਾਏ ਪਰ ਸਿੱਖੀ ਸਿਰ ਧਰਮ ਨਹੀਂ ਹਾਰਿਆ। ਸਿੱਖੀ ਸਿਰਸਾ ਸਫਾ ਸਿੰਘ ਬਾਈ ਆਪ ਜੀ ਦਾ ਭਾਣਾ ਨੂੰ ਛੱਡ ਕੇ ਮੰਨਿਆ। ਪੁਰਾਤਨ ਅਤੇ ਵਰਤਮਾਨ ਹੋਏ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਸੁੰਦਰ ਜੀ ਬੋਲਣਾ ਜੀ ਖਾਲਸਾ ਜੀ ਕੇ ਬੋਲ ਖਾਲੇ ਸਿੱਖਾਂ ਦਾ ਮਨ ਜੀਵਾਂ ਮਤ ਉੱਚੀ ਮਤ ਪੁਰਕਾਰਾ ਖਾ ਆਪਿਆ ਕਾਲ ਸੁਖ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸੁਰਖਾ ਦਾਨ ਨਿਸਾਹਾ ਦਾਨ ਨਾਨਾ ਸੁਲਤਾਨ ਨਾਮ ਦਾਨ ਅੰਮ੍ਰਿਤ ਸਾਹਿਬ ਜੀ ਕੇ ਹੇਮਕੁੰਡ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਤੀਆਂ ਚੰਦੇ ਗੁੰਗੇ ਜੁਗੇ ਜੁਗਾਤਾ ਧਰਮ ਦਾ ਜੈਕਾਰ ਸਿੱਖੀ ਸਰਬ ਕਿਰਪਾ ਸਵਾਸਾ ਸੰਗ ਨਿਭਾਉਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ। ਗੁਰੂ ਦੇਵ ਕਲਾਚ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਆਪ ਜੀ ਦੇ ਚਰਨਾਂ ਵਿੱਚ ਸੁਨੇਹ ਬੇਨਤੀ ਅਰਦਾਸ ਅਰਜੋਈ ਹੈ। ਦੁਸ਼ਟ ਦਮਨ ਗੁਰੂ ਕਲਗੀਧਰ ਪਾਤਸ਼ਾਹ ਹੇਮਕੁੰਟ ਵਾਸੀ ਜੀ ਆਪ ਜੀ ਦੀ ਕਿਰਪਾ ਰਹਿਮਤਾਂ ਬਖਸ਼ਾਂ ਸਦਕੇ ਆਪ ਜੀ ਕੀ ਸਾਜੀ ਨਵਾਜੀ ਸਰਬਸਾਰ ਸੁੰਦਰ ਦੇਸ਼ ਵਿਦੇਸ਼ ਨੂੰ ਚੱਲ ਕਰਕੇ ਇਸ ਮਾਮਲੇ ਨੂੰ ਤੈਅ ਕਰਦਿਆਂ ਹੋਇਆ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕੇ ਸੰਤਾਂ ਆਪ ਜੀ ਕੇ ਤਪੋ ਅਸਥਾਨ ਸਤਿਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀਆਂ ਹਨ ਜੀ। ਅੰਮ੍ਰਿਤਪੁਰ ਸਰੋਵਰ ਸੰਗਤ ਇਸ਼ਨਾਨ ਕਰਕੇ ਸਤਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਨਮਸਕਾਰ ਕਰਦੇ ਹੋਏ ਪਾਵਨ ਦਰਬਾਰ ਦੀਆਂ ਸੰਗਤਾਂ ਹਾਜ਼ਰੀਆਂ ਭਾਲੀਆਂ ਹਨ। ਪਾਵਨ ਅਯੋਧੇ ਵਿੱਚ ਗੁਰਸਿੱਖ ਸੰਗਤ ਨੇ ਰਲ ਮਿਲ ਕੇ ਅਗਾਹੀ ਬਾਣੀ ਦੇ ਕੀਰਤਨ ਸਿਮਰਨ ਜਾਪ ਉਪਰੰਤ ਰੱਬੀ ਬਾਣੀ ਦੇ ਸਾਹਿਬ ਪਾਠ ਦੇ ਭੋਗ ਪਾਏ ਗਏ। ਛੇ ਪੌੜੀ ਗ੍ਰੰਥ ਲਈਆਂ ਹੋਈਆਂ ਗੁਰਬਾਣੀ ਪੜ੍ਹੇ ਸੁਣੇ ਸਤਸੰਗ ਵਿਖੇ ਪ੍ਰਵਾਨ ਕਰਨੇ ਭੁੱਲਚੂ ਖਿਮਾ ਕਰਨੇ ਗੁਰਬਾਣੀ ਦਾ ਭਾਵ ਜਾ ਰਹੀਆਂ ਸਭ ਨੂੰ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਕਦਮ ਰੇਖੇ ਲਾਉਣੇ ਯਾਤਰਾਵਾਂ ਸੰਭਲਾ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੰਗੀ ਕਲਾ ਤੰਦਰੁਸਤੀਆਂ ਦੇ ਰੂਪਾਂ ਬਖਸ਼ੀਆਂ ਅੰਗ ਸੰਗ ਸਹਾਈ ਹੋਣਾ ਪਾਤਸ਼ਾਹ ਜੀ ਖਾਲਸੇ ਪੰਥ ਨੂੰ ਚੜ੍ਹਦੀ ਕਲਾਇਤਾ ਬਖਸ਼ਿਓ ਆਈਆਂ ਔਕੜਾਂ ਨੂੰ ਦੂਰ ਕਰਦੇ ਬਿਲਡਿੰਗ ਫਾਇਰ ਵਾਸਤੇ ਸੰਗਤਾਂ ਮਾਇਆ ਵਰਤੋਂ ਕਰਾਉਂਦੀਆਂ ਹਨ ਪ੍ਰਸਿੱਧਾਂ ਕਰਦੀਆਂ ਹਨ ਜੀ। ਲੰਗਰਾਂ ਲਈ ਕੜਾਹ ਪ੍ਰਸ਼ਾਦ ਦੇ ਜੋਤਾਂ ਦੇ ਸੰਗਤਾਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਈਆਂ ਆਪ ਜੀ ਵਾਸਤੇ ਸੁੰਦਰ ਮਾਲਕ ਪਿਛਾਤੇ ਚਾਦਰ ਆਦਿ ਸੋਨੇ ਦੇ ਛਤਰ ਸਾਹਿਬ ਪਾਤਸ਼ਾਹ ਜੀ ਪਿਛਾਤੇ ਛਤਰਾਂ ਮੰਗੀ ਕਾਲ ਕਰੋੜ ਲੋਕ ਕਰੋੜ ਲੋਕ ਪ੍ਰਵਾਨ ਦੀ ਲੱਜਾ ਰੱਖੀਆਂ ਪਰਦੇ ਕਰਨ ਦੀ ਸਤਿਗੁਰ ਜੀ ਜੋ ਉਸ ਸੰਗਤ ਮਾਈ ਭਾਈ ਬੱਚੇ ਬੱਚੀਆਂ ਆਦਿ ਦੇ ਚਰਨਾਂ 'ਚ ਪਹੁੰਚ ਕੇ ਰਾਤਾਂ ਬੇਨਤੀਆਂ ਜੁਹੀਆਂ ਕਰ ਰਹੇ ਹਨ ਆਪ ਕਿਰਪਾ ਕਰੋ ਦਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਡੇ ਕੀ ਗੁਰਮਤਿ ਅਨੁਸਾਰ ਸਰਬੱਤ ਸੰਗਤ ਦੀਆਂ ਸ਼ੁਭ ਕਾਮਨਾਵਾਂ ਸੰਪੂਰਨ ਕਰਨੀਆਂ ਜੀ ਅਤੇ ਜੋ ਸੰਗਤਾਂ ਜੋ ਲੋਕਾਂ ਵਾਸਤੇ ਅਰਦਾਸਾਂ ਬੇਨਤੀਆਂ ਜੁਹੀਆਂ ਕਰ ਰਹੇ ਹਨ ਸਤਿਗੁਰ ਜੀ ਆਪ ਕਿਰਪਾ ਕਰੋ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸਰਬੱਤ ਸੰਗਤ ਦੇ ਸੀਸ ਤੇ ਆਪਣਾ ਨਿਹ ਪਿਆ ਰੱਖਣਾ ਕਾਲ ਕੰਟੋ ਤੋਂ ਦੁੱਖ ਦਰਿਦਰ ਕਲੇਸ਼ਾਂ ਦਾ ਨਾਸ ਸੁੱਖਾਂ ਦਾ ਪ੍ਰਵੇਸ਼ ਕਰਨਾ ਜੀ ਅਤੇ ਜੋ ਸੰਗਤਾਂ ਪਿਛਲੇ ਸਮਿਆਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੀ ਪਰਮਜੀਤ ਕੌਰ ਦਾ ਚੰਦਜੀਤ ਸਿੰਘ ਜੀ ਨਰਿੰਦਰ ਕੌਰ ਦਾ ਮੋਹਨ ਸਿੰਘ ਜੀ ਦੀ
ਰਸਨਾ ਦੀਜਾ ਪ੍ਰਾਣ ਅਪੋਰ ਕੋਈ ਜਨ ਹਰ ਸੂ ਦੇਵਾ ਜੋਰ ਚਰਨ ਗਾਂ ਬਬੋ ਸੁਭ ਰਸਨਾ ਸਿੰਚਾ ਸੁਭਾ ਸੰਜੋਰ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੇ ਤੁਮ ਕਰਮ ਬਿਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣ ਜਿਨ੍ਹਾਂ ਸੰਗਤਾਂ ਨੇ ਭਾਈ ਬੱਚਿਆਂ ਦੇ ਨਾਮ ਕਰਮ ਕਰਨੇ ਹੋਣ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ ਪਾਤਸ਼ਾਹ ਜੀ ਦਾ 701 ਅੰਗ ਤੇ ਜਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਸੂ ਦੇਵਾ ਜੋਰ ਚਰਨ ਗਾਹੋਂ ਬਕਹੋਂ ਸੁਭ ਰਸਨਾ ਦੀਜੈ ਪ੍ਰਾਣ ਕੋਲ ਜਾ ਕੇ ਆਪ ਗੁਰੂ ਕੇ ਲੰਮੇ ਜਾ ਕੇ ਚਾਹ ਛਕੋ ਚਾਹ ਛੱਕ ਕੇ ਫਿਰ ਆਪ ਨੇ ਆਸਤੇ ਆਸਤੇ ਗੋਬਿੰਦ ਧਾਮ ਨੂੰ ਚੱਲੇ ਪਾਓ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੁਣ ਬਰਸਾਤਾਂ ਦੀ ਜਗ੍ਹਾ ਇੱਥੇ ਬਰਫਾਂ ਕਿੰਨੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਲਈ ਆਪ ਜੀ ਦੇ ਨਾਲ ਬਜ਼ੁਰਗ ਮਾਈ ਭਾਈ ਹਨ ਬੱਚੇ ਬੱਚੀਆਂ ਹਨ ਆਪ ਜੀ ਦੀਆਂ ਹਾਜ਼ਰੀਆਂ ਸੇਵਾ ਪ੍ਰਵਾਨ ਹਨ ਗੁਰੂ ਦੀਆਂ ਖੁਸ਼ੀਆਂ ਲੈ ਕੇ ਸੰਤ ਜਪਾ ਦੇ ਨਾਮ ਦਰਕਰ ਦੇ ਪ੍ਰੀਤਵਾਨ ਗੁਰ ਕੇ ਵਸਾਏ ਹੋਏ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ 108 ਜੋ ਕਿ ਹਰ ਸਾਲ ਸ੍ਰੀ ਹਿੰਦੂ ਸਾਹਿਬ ਚਰਨ ਪ੍ਰਸਾਦ ਦੇ ਦੇਸ਼ ਵਿਦੇਸ਼ ਜਾ ਕੇ ਸੰਗਤਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਅੰਮ੍ਰਿਤ ਦੀ ਦਾਤਾਂ ਬਸ ਕੇ ਗੁਰੂ ਕਾ ਖੰਡੇ ਬਾਟ ਦਾ ਮਛੇਰੇ ਕਲਗੀਆਂ ਵਾਲੇ ਬੁਲਾ ਰਹੇ ਹਨ ਕਲਗੀਆਂ ਦੇ ਪੁੱਤ ਬੁਲਾਏ ਸੰਗਤਾਂ ਨੂੰ ਉਹ ਮਹਾਂਪੁਰਸ਼ ਪਹੁੰਚੇ ਹੋਏ ਹਨ ਮਹਾਰਾਜ ਉਹਨਾਂ ਦੀ ਕਿਰਪਾ ਕਰਨ ਕਲਗੀ ਤਾਂ ਪਾਤਸ਼ਾਹ ਹਜੇ ਸੇਵਾ ਪ੍ਰਵਾਨ ਇਸੇ ਤਰ੍ਹਾਂ ਤੰਦਰੁਸਤੀਆਂ ਦੇਰ ਹੋਤਾ ਬਸ ਕੇ ਦੇਸ਼ ਕੌਮ ਦੀ ਸੇਵਾ ਲੈ ਕੇ ਇਹਨਾਂ ਨੂੰ ਪਾਤਸ਼ਾਹ ਦੇ ਆਪਣੇ ਚਰਨਾਂ ਦੀ ਪ੍ਰੀਤੀ ਦੇ ਪਿਆਰ ਬਖਸ਼ਦੇ ਰਹਿਣ ਹੋਰ ਸਾਰੀਆਂ ਸੰਗਤਾਂ ਨੂੰ ਪਾਈ ਤੇਰਾ ਦਰਸ਼ਨ ਪਾਇਆ ਸੰਸਾ ਦੂਰ ਹੋ ਗਿਆ ਤੇਰਾ ਦਰਸ਼ਨ ਪਾਇਆ ਸੰਸਾ ਦੂਰ ਹੋ ਗਿਆ ਦੂਰ ਹੋ ਗਿਆ ਸਾਰੇ ਨਾਮ ਤੇਰਾ ਦੂਰ ਹੋ ਗਿਆ ਦੂਰ ਹੋ ਗਿਆ
Thank you.
ਵਰਗਾ ਮੇਰੇ ਪਿਆਰੇ ਗੁਰੂ ਦਾ ਸੁਨੇਹ ਵਰਗਾ Thank you.
ਗੋਪਾਲ ਰਾਏ ਨਹਾਉ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੈ ਪਵਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਪਵਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਸੰਗਤ ਕਰਕੇ ਪਵਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਸੰਗਤ ਕਰਕੇ ਸੰਤਾਂ ਦੀ ਸੰਗਤ ਸੰਤਾਂ ਦੀ ਸੰਗਤ ਕਰਕੇ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਪਵਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ
ਜਿਹਨੂੰ ਮਾਣ ਹੈ ਅਸੀਂ ਬਹੁਤ ਵੱਡੇ ਵਿਦਵਾਨ ਇੱਥੇ ਫਿਰ ਨਾ ਸਾਈ ਪੁੱਤੂ ਸ਼ਾਹ ਉੱਥੇ ਦੇ ਰਹਿਣ ਵਾਲਾ ਸੀ ਚੰਗਾ ਕਮਾਈ ਵਾਲਾ ਪੁੱਛੀ ਹੈਲੋ ਵੇਖੋ ਯਾਰੀ ਪਰਖੀ ਯਾਰਾਂ ਦੀ ਜਦ ਮਾਰ ਪਵੇ ਤਲਵਾਰਾਂ ਦੀ ਪੀੜ ਪਵੇ ਜਦ ਬੰਦਿਆਂ ਤੋਂ ਪਰਖ ਹੁੰਦੀ ਗਦਾਰਾਂ ਦੀ ਇਹ ਫਿਰ ਉੱਥੋਂ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ ਇਹਨੇ ਸੁਣਿਆ ਸੀ ਕਿ ਗੁਰੂ ਪੀਰਾਂ ਦਰਸ਼ਨ ਕਰਕੇ ਨਾ ਜੀਵ ਨੂੰ ਕੰਮ ਅਤੇ ਨਿਗਮ ਦੀ ਸੋਝੀ ਹੁੰਦੀ ਜਵਾਇਆ ਤੇ ਆ ਕੇ ਨਾਲ ਮਰੀਜ਼ ਸਨ ਜਿਵੇਂ ਚੇਲੇ ਨਾਲ ਅਤੇ ਗੁਰੂ ਸਾਹਿਬ ਦੀ ਜਵਾਨੀ ਉਮਰ ਸੀ ਅਤੇ ਮਨ 'ਚ ਖਿਆਲ ਆ ਗਿਆ ਵੀ ਮੈਂ ਜੇ ਗੁਰੂ ਸਾਹਿਬ ਮੱਥਾ ਟੇਕਿਆ ਤਾਂ ਮੇਰੇ ਚੇਲੇ ਕੀ ਕਹਿਣਗੇ ਹਾਂਜੀ ਮੇਰੇ ਚੇਲੇ ਕੀ ਕਹਿਣਗੇ ਸਾਡੇ ਵੀਰ ਨੇ ਐਡੀ ਵੱਡੀ ਉਮਰ ਦੇ ਵੀਰ ਨੇ ਸਾਡੇ ਆਹ ਛੋਟੇ ਜਿਹੇ ਸਿੱਖਾਂ ਨੇ ਗੁਰੂ ਮੱਥਾ ਟੇਕਤਾ ਉਹ ਖੈਰ ਮਾਰਨ ਨੂੰ ਮੁਸਲਮਾਨ 10 ਬੰਦਾ ਮਿਲਾਉਂਦੇ ਰਿਹਾ ਉਹਦਾ ਤਰੀਕਾ ਅੱਗੇ ਹੱਥ ਕੱਢਿਆ ਤੇ ਮਾਰੇ ਵਗੈਰਾ ਅੱਗੇ ਹੱਥ ਕਰਦਾ ਉਹਨੇ ਫਿਰ ਸਵਾਲ ਕੀਤਾ ਮਹਾਰਾਜ ਮੈਂ ਤਾਂ ਸੁਣਿਆ ਸੀ ਜਿਹੜੇ ਗੁਰੂ ਦਾ ਦਰਸ਼ਨ ਕਰਦੇ ਨੇ ਕਬਾਰ ਖੁੱਲ ਜਾਂਦੇ ਨੇ ਮੈਂ ਤਾਂ ਤੁਹਾਡੇ ਕੋਲ ਆਇਆ ਨਹੀਂ ਮੇਰੇ ਕੋਈ ਗੱਲ ਬਣੀ ਨਹੀਂ ਮਹਾਰਾਜ ਆਇਆ ਤਾਂ ਹੈਗਾ ਪਰ ਘੁੰਡ ਕੱਢ ਗਿਆ ਕਹਿੰਦਾ ਜਿਹੜੀ ਮਨ ਦੇ ਵਿੱਚ ਤੇਰੀ ਚੌਧਰ ਦੀ ਭੁੱਖ ਨੇ ਮੇਰੇ ਚੇਲੇ ਕੀ ਕਹਿਣਗੇ ਹੈ ਨਹੀਂ ਸਾਡੀ ਮਾਣ ਵਿਡਾਈ ਤੇਰੀ ਹੈ ਅਤੇ ਇਹ 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 ਘੁੰਡ ਕੱਢ ਗਿਆ ਘੁੰਡ ਲਾਹ ਗਿਆ ਅਤੇ ਘੁੰਡ ਲਾਹ ਕੇ ਨਾਚ ਉਹ ਬੁੱਧੂ ਸ਼ਾਹ ਉੱਠ ਕੇ ਨੱਚਣ ਲੱਗ ਪਿਆ ਗੁੱਸਾ ਜਾਂਦਾ ਉੱਥੇ ਫਿਰ ਗੰਮ ਦਿਨ ਗੰਮ ਦੀ ਸੱਜੀ ਹੋ ਗਈ ਫਿਰ ਮਹਾਰਾਜ ਦੇ ਚਰਨਾਂ ਦਾ ਸਿਧਾਰੂ ਬਣਿਆ ਫਿਰ ਰੰਗ ਜੇ ਉਹਦੇ 500 ਮੁਸਲਮਾਨ ਸੀ ਜਾਂ ਫੌਜ ਦੇ ਮਾਰ ਕੁੱਟ ਕੇ ਕੱਢਿਆ ਉਹ ਫਿਰ ਸਾਹਿਬ ਸ਼ਾਹ ਕੋਲ ਜਾ ਪਿਆ ਫੌਜ ਦੇ ਸਾਈਡ ਦੇ ਹਾਂਜੀ ਸਿਪਾਹੀ ਡਿਸਮਿਸ ਕਰਦੇ ਜਾਂਦੇ ਨੇ ਸਸਪੈਂਡ ਕਰਦੇ ਜਾਂਦੇ ਉਹ ਫਿਰ ਆ ਕੇ ਨਾ ਸਾਰੇ ਮਾਨਤਾ ਚੰਗੀ ਸੀ ਅਤੇ ਸਾਹਿਬ ਬੁੱਧੂ ਸ਼ਾਹ ਕੋਲ ਆ ਕੇ ਰੋਏ ਅਤੇ ਆਪਣਾ ਕਿਹਾ ਜੀ ਸਾਨੂੰ ਰੰਗ ਦੇ ਫੌਜ 'ਚ ਬਾਹਰ ਕੱਢਤਾ ਉਹਦਾ ਕੋਈ ਗੱਲ ਨਹੀਂ ਗੁਰੂ ਸਾਹਿਬ ਆਪਣੀ ਚੰਗੀ ਬਣੀ ਅਤੇ ਮੈਂ ਨੌਕਰੀ ਕਰਨੀ ਹੈ ਅਤੇ ਮਹਾਰਾਜ ਫੌਜ 'ਚ ਕਰ ਲਓ ਉਹ ਦੂਜੇ ਦਿਨ ਹੁਣ ਬੁੱਧੂ ਸ਼ਾਹ ਨੇ ਇੱਕ ਪਾਸੇ ਪਿਆਸ ਸਿਰੇ ਦਾ ਔਰ 500 ਬੰਦਾ ਜਿਹੜਾ ਔਰੰਗਜ਼ੇਬ ਦੀ ਫੌਜ ਦੇ ਵਿੱਚੋਂ ਕੱਢਿਆ ਸੀ ਉਹ ਗਿਰਾਰ ਸਿਰੇ ਦਾ ਉਹ ਬੁੱਧੂ ਸ਼ਾਹ 'ਚ ਲੈ ਕੇ ਆਇਆ 500 ਬੰਦਿਆਂ ਨੂੰ ਹਾਂਜੀ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਮਹਾਰਾਜਾ ਬਜ਼ਾਰਾ ਫੌਜ ਦੇ ਵਿੱਚੋਂ ਔਰੰਗਜ਼ੇਬ ਬੁੱਧੂ ਸ਼ਾਹ ਦੇ ਮਨ ਦੇ ਉੱਤੇ ਠੇਸ ਵੱਜੇ ਗਈ ਮੇਰੀ ਗੁਰੂ ਸਾਹਿਬ ਨੇ ਇਹਨੇ ਵੀ ਨਹੀਂ ਮੰਨੀ ਉੱਥੇ ਫਿਰ ਗੁਰੂ ਸਾਹਿਬ ਦੇ ਭੂਆ ਦੇ ਪੁੱਤਰ ਸਨ ਜਿਹੜੇ ਬੀਬੀ ਵੀਰੋ ਦੇ ਜੀ ਕੁੱਖ ਪੈਦਾ ਮੰਨੇ ਬੀਬੀ ਵੀਰੋ ਭੂਆ ਲੱਗਦੀ ਸੀ ਨਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਹਾਂਜੀ ਆਵੀ ਦੇ ਦਾਦਾ ਹੀ ਲੱਗਦੇ ਸਨ ਉੱਥੇ ਗੁਰੂ ਸਾਹਿਬ ਨੇ ਉਹਨੂੰ ਸੱਦਿਆ ਉਹਨਾਂ ਦਾ ਕੋਈ ਗੱਲ ਨਹੀਂ ਰੁਪਈਏ ਹੀ ਮਹੀਨੇ ਦਾ 100-150 ਹੁਣ ਮਹਾਰਾਜ 150 ਰੁਪਈਆ ਇੱਕ ਮਹੀਨੇ ਦਾ ਨਾ 500 ਸਿਪਾਹੀ ਨੂੰ ਦਿਲ ਵੀ ਇੱਥੇ 4.5 ਸਾਲ ਰਹਿਣਾ 4 ਸਾਲ ਦਿੰਦੇ ਰਹਿ ਫਿਰ ਗੁਰੂ ਸਾਹਿਬ ਨੇ ਆਖਿਆ ਵੀ ਇੱਕ ਇਹਨਾਂ ਲੰਗਰ ਵੱਖਰੇ ਹੋਵੇ ਅਤੇ ਇੱਕ ਜਦੋਂ ਕੋਈ ਸਲਾਹ ਮਸ਼ਵਰਾ ਕਰਨਾ ਤਾਂ ਇਹ ਜਿਹੜੇ ਨਾ ਬੰਦੇ ਜਿਹੜੇ ਮੁਸਲਮਾਨ ਹੋ ਕੇ ਔਰੰਗਜ਼ੇਬ ਨਹੀਂ ਬਣ ਸਕੇ ਤੁਹਾਡੇ ਕਿਤੇ ਬਣਨਗੇ ਵੇਖੋ ਮਹਾਰਾਜ ਨਹੀਂ ਜੀ ਕਿਵੇਂ ਪਿਆਰ ਨੂੰ ਪਾਲਿਆ ਹੈ ਜੀ ਮਹਾਰਾਜ ਪਤਾ ਬੁੱਧੂ ਸ਼ਾਹ ਭੋਲਾ ਵੀ ਜਿਹੜੇ ਮੂਰਖ ਔਰੰਗਜ਼ੇਬ ਦੇ ਨਹੀਂ ਬਣੇ ਤਾਂ ਸਾਡੇ ਕਿਤੇ ਬਣ ਲੱਗੇ ਨੇ ਫਿਰ ਮਹਾਰਾਜ ਕਹਿੰਦਾ ਚਲੋ ਕੋਈ ਗੱਲ ਨਹੀਂ ਵੱਡੇ ਬੰਦੇ ਗੱਲਾਂ ਵੱਡੀਆਂ ਹੁੰਦੀਆਂ ਨੇ ਗੁਰੂ ਸਾਹਿਬ ਨੇ ਚਲੋ ਕੋਈ ਗੱਲ ਨਹੀਂ ਇਹਨਾਂ ਦਾ ਲੰਗਰ ਵੱਖੇ ਚੱਲੇ ਅਤੇ ਕੋਈ ਸਲਾਹ ਕਰਨੀ ਕੋਈ ਮਸ਼ਵਰਾ ਕਰਾਂ ਇਹਨਾਂ ਨੂੰ ਦੱਸਣਾ ਨਹੀਂ ਹੈ ਕੋਈ ਗੱਲ ਉਹ ਫਿਰ ਜਦੋਂ ਇੱਥੇ ਜੰਗ ਹੋਇਆ ਨਾ ਇੱਥੇ ਪੌਂਡੇ ਭੰਗਾਣੇ ਦਾ ਜੰਗ ਹੋਇਆ ਅਤੇ ਉਹ ਜਿਹੜੇ ਮਾਰੇ ਖਸਮ ਜਿਹਨਾਂ ਨੂੰ 4-4 ਸਾਲ ਤਨਖਾਹ ਦਿੰਦੇ ਰਹੇ ਉਹ ਰਾਤੋਂ ਰਾਤ ਜਾ ਕੇ ਅਤੇ ਉਹ ਦੂਜੇ ਪਾਸੇ ਨਹੀਂ ਰਾਜੇ ਭੀਮ ਚੰਦ ਕੇਸਰੀ ਚੰਦ ਜਿਹੜਾ ਸੋਰੀ ਆ ਹਰੀਚੰਦ ਸੀਗਾ ਉਹਨਾਂ ਤੁਰਕਾਂ ਦੇ ਨਾਲ ਜਾ ਕੇ ਮਿਲ ਗਿਆ ਉਹ ਜੋ ਜਾ ਕੇ ਉੱਧਰ ਮਿਲ ਪੈਣੇ ਜੰਗ ਬੜਾ ਕਹਿ ਕੇ 25 ਲੱਖ ਦਾ ਮੁਕਾਬਲਾ ਸੀ ਸਭ ਤੋਂ ਵੱਡਾ ਜੰਗ ਇਹ ਹੈ ਜਿਹੜਾ ਪੌਂਡੇ ਦਾ ਜੰਗ ਹੈ ਨਾ
ਚਮਕੌਰ ਸਾਹਿਬ ਦੇ ਜੰਗ ਦੀ ਵੀ ਗਿਣਤੀ 10 ਲੱਖ ਦੀ ਸੀ, ਆਨੰਦਪੁਰ ਸਾਹਿਬ ਵੀ 10 ਲੱਖ, ਇੱਥੇ ਦੀ ਪੜ੍ਹਿਆ 10 ਲੱਖ 5 ਲੱਖ ਦੀ ਗਿਣਤੀ, ਅਤੇ ਉਹ ਫਿਰ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਚਰਨ ਦੂਜੇ ਬਦਸ਼ਾਹ ਆਇਆ ਅਤੇ ਮਹਾਰਾਜ ਨੇ ਆਖਿਆ ਬੁੱਧੂ ਸ਼ਾਹ ਤੇਰਾ 500 ਬੰਦਾ ਕਿੱਥੇ ਹੈ, ਹੈ ਕਿੱਥੇ ਹੈ? ਉਹਨੂੰ ਪਤਾ ਸੀ ਵੀ ਹੁਣ ਯਾਰੀ ਪਰਖੀਆਂ ਯਾਰਾਂ ਦੀ ਜਾਂ ਮਾਰ ਪਵੇ ਤਲਵਾਰਾਂ ਦੀ। ਫਿਰ ਉਹ ਗੁਰੂ ਸਾਹਿਬ ਚਰਨ ਮੱਥਾ ਟੇਕਣਾ, ਬਾਬੇ ਮਾਰੀ ਕਿਰਪਾ ਕਰੋ। ਫਿਰ ਮਹਾਰਾਜ ਇਸੇ ਜੰਗ 'ਚ ਉਹਨੇ ਆਪਣੇ 5 ਪੁੱਤਰਾਂ ਦੇ ਸਿਰ 'ਤੇ, 7 ਅਮਰੀਦਾਂ ਦੇ ਸਿਰ 'ਤੇ ਮੌਤ ਦੇ ਸਿਰੇ ਬੰਨੇ ਨੇ। ਉਹਨੇ ਮਹਾਰਾਜ ਇਹ ਵਰਤ ਲਓ, ਮਹਾਰਾਜ ਕਿਰਪਾ ਕਰੋ, ਹੁਕਮ ਦਿਓ। ਇਸੇ ਜੰਗ 'ਚ ਉਹਦੇ 4 ਪੁੱਤਰ ਮਾਰੇ ਗਏ ਨੇ, 500 ਤੋਂ ਜ਼ਿਆਦਾ ਮਰੀਜ਼ ਵੀ ਮਾਰੇ ਗਏ ਨੇ, ਅਤੇ ਰੱਬ ਕਰੇ ਤਾਂ ਸ਼ਾਮ ਦੇ ਸਮੇਂ ਆਇਆ ਤਾਂ ਮਹਾਰਾਜ ਆਖਿਆ ਚੰਗਾ ਮਰਦਾ ਕਰਕੇ ਦਿਖਾਈ, ਮਰ ਕਿਸੇ ਕੰਘਾ ਬੰਦ ਹੁੰਦਾ। ਅਤੇ ਗੁਰੂ ਸਾਹਿਬ ਨੇ ਆਖਿਆ ਬੁੱਧੂ ਸ਼ਾਹ ਬੇ ਦੱਸ, ਬੱਚਿਆਂ ਨੂੰ ਵੀ ਨਾਮ ਦੇਈਏ। ਪਰ ਫਿਰ ਆਖਿਆ ਮਹਾਰਾਜ ਜੋ ਤੁਹਾਡੇ ਹੱਥ ਨੇ ਮੈਨੂੰ ਭੇਜਿਆ, ਹੱਥਾਂ ਇਹ ਕੰਘਾ ਸੀ, ਕਿਸੇ ਕੰਘਾ ਬੰਦ ਹੁੰਦਾ ਅਤੇ ਉਹ ਸਟੋਰੇ ਅਜੇ ਕੰਘਾ ਦੇ ਕੰਘੇ 'ਚ ਫਸੇ ਕੇਸ ਅਜੇ ਪਏ, ਹੈਂ? ਇੱਥੋਂ ਫਿਰ ਬੁੱਧੂ ਨੇ ਕੰਘਾ ਅਤੇ ਕੰਘੇ ਫਸੇ ਕੇਸ ਲੈ ਕੇ ਇੱਥੇ ਮਹਾਰਾਜ ਦਸਤਾਰ ਬਖਸ਼ੀ ਸਰਬ ਬਖਸ਼ਿਆ ਲਿਖੀਆਂ ਚੀਜ਼ਾਂ, ਹੈਂ? ਜੋ ਘਰ ਗਿਆ ਤਾਂ ਇਹ ਨਸੀਰਾਂ ਬੁੱਧੂ ਸ਼ਾਹ ਦੇ ਘਰ ਵਾਲੀ ਸੈਦ ਖਾਨ ਦੀ ਭੈਣ, ਉਹ ਜਾਂਦਿਆਂ ਨੂੰ ਅੱਗੇ ਪਰਿਵਾਰ ਦੀਆਂ ਨਾ ਜਿਹੜੀਆਂ ਭਾਈਚਾਰੇ ਦੇ ਲੋਕ ਅਫਸੋਸ ਕਰਨਾ ਪਿਆ, ਹੁੰਦਾ ਹੀ ਹੈ, ਰੋਣਾ ਤਾਂ ਹੁੰਦਾ ਜੇ ਮਰ ਜਾਣ। ਅਤੇ ਉਹ ਬੁੱਧੂ ਸ਼ਾਹ ਗਿਆ ਅਤੇ ਜਾ ਕੇ ਘਰ ਦੇ ਵੇਖ ਕੇ ਤਾਂ ਆਉਂਦਾ ਹੀ ਕੀ ਹੋ ਰਿਹਾ, ਹਾਂਜੀ ਮਹਾਰਾਜ ਆਪਣੇ ਪੁੱਤਰ ਸ਼ਹੀਦ ਹੋ ਗਏ, ਅਤੇ ਭਾਈਚਾਰੇ ਦੇ ਲੋਕ ਅਫਸੋਸ ਕਰਨ ਵਾਸਤੇ ਆਏ ਨੇ। ਉੱਥੇ ਗੁਰੂ ਉਹਨੇ ਆਖਿਆ ਬਸ ਸਾਈਂ ਬੁੱਧੂ ਸ਼ਾਹ ਨੇ ਆਹ ਕੰਮ ਲਈਏ, ਤੇਰੇ ਪੁੱਤਰ ਬੇਸਤਾਂ 'ਚ ਬੈਠੇ। ਉਹਨੇ ਕਿਹਾ ਬੇਸਤਾਂ 'ਚ? ਉਹਨੇ ਮੈਨੂੰ ਕਿਵੇਂ ਯਕੀਨ ਆਵੇ, ਬੜਾ ਕੰਘਾ ਸੀ ਗੁਰੂ ਸਾਹਿਬ ਦਾ, ਕੰਘੇ ਦੇ ਟੁੱਟੇ ਫੁੱਟੇ ਵਾਲ ਫਸਦੇ ਨੇ। ਉਹਨੇ ਕਿਹਾ ਜੋ ਐਂ ਕੰਘਾ ਦਿਖਾਇਆ, ਉਹ ਕੰਘੇ ਦੇ ਕੇਸ ਹਨ, ਉਹ ਕੇਸਾਂ ਦੇ ਵਿੱਚ ਨਾ ਹਾਂ, ਔਰ ਸਾਈਂ ਬੁੱਧੂ ਸ਼ਾਹ ਦੇ ਘਰ ਵਾਲੀ ਕੀ ਦੇਖਦੀ ਹੈ ਕਿ ਪੁੱਤਰ ਸੱਚਖੰਡ 'ਚ ਬੈਠਾ, ਸੋਨੇ 'ਚ ਜਾ ਸੋਨੇ 'ਚ ਤਾਂ ਝੂਲ ਲੈਣ ਦਾ। ਅਤੇ ਉੱਥੇ ਇੱਥੋਂ ਦੇਖੋ ਇੱਥੇ ਉਹਦੇ 4 ਪੁੱਤਰ ਸ਼ਹੀਦ ਹੋਏ ਨੇ, ਹੈ? ਅਤੇ ਫਿਰ ਉਦੋਂ ਬਾਅਦ ਇਹਨੂੰ ਸਾਈਂ ਬੁੱਧੂ ਸ਼ਾਹ ਨੂੰ ਉੱਥੇ ਸਧਾਰੇ, ਫਿਰ ਜਿਉਂਦੇ ਨੂੰ ਉੱਥੇ ਕੱਢ ਕੇ ਨਾ ਉੱਥੇ ਦੇ ਉਸ ਸਮੇਂ ਦੇ ਹੁਕਮਰਾਨ ਨੇ ਅਤੇ ਕੁੱਤਿਆਂ ਕੋਲ ਬੁਲਾਇਆ ਸੀ। ਇੱਥੋਂ ਦੇਖੋ ਗੁਰੂ ਸਾਹਿਬ ਪਤਾ ਭਾਜੀ ਬੜੀ ਵੱਡੀ ਚਾੜ ਗਏ, ਉੱਥੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਦੇਖੋ ਦੱਖਣ ਤੱਕ ਗੱਲ ਕਿੰਨੀ ਯਾਦ ਰੱਖੀ ਗੁਰੂ ਸਾਹਿਬ, ਗੁਰੂ ਘਰ ਐਡਾ ਵੱਡਾ ਪਰਉਪਕਾਰੀਆਂ ਦਾ ਘਰ ਹੈ, ਜਦੋਂ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਅਤੇ 5 ਸਿੰਘ ਭੇਜ ਕੇ ਦੇਖ ਤੋਰਿਆ ਨਾ, ਪਹਿਲਾਂ ਸਿਰਸਾ ਲੱਗੇ ਦੇਣ, ਅੱਜ ਕੱਲ੍ਹ ਅਸੀਂ ਸਿਰਦਾ ਦੀ ਕਦਰ ਹੀ ਨਹੀਂ ਕਰਦੇ। ਭਾਈ ਦਇਆ ਸਿੰਘ ਨੇ ਹੱਥ ਪਾਲਿਆ ਗੁਰੂ ਸਾਹਿਬ, ਮਹਾਰਾਜ ਸ੍ਰੀ ਸਾਹਿਬ ਖਾਲਸੇ ਦੀ ਅਸੀਂ ਸਿਰ ਦੇਖ ਲਈ ਸੀ, ਬੰਦਾ ਸਿੰਘ ਬਹਾਦਰ ਬੰਦਾ ਸਿੰਘ ਕੱਲਾ ਸਿਰ ਸਮਝ ਲੈ ਸਕਦਾ, ਮੰਤ ਸ੍ਰੀ ਸਾਹਿਬ ਦੇ ਉੱਤੇ ਸਾਡਾ ਆ ਕੇ ਉੱਥੇ ਫਿਰ ਗੁਰੂ ਸਾਹਿਬ ਨੇ 5 ਤੀਰ ਦਿੱਤੇ ਨੇ ਅਤੇ 5 ਸਿੰਘ ਦਿੱਤੇ ਨੇ, ਨਾਲੇ ਪੰਜਾਬ 'ਚ ਹਾਹਾਕਾਰ ਮੱਚੀ ਪਈ ਸੀ, ਮਹਾਰਾਜ ਸਾਹਿਬ ਦੇ ਛੋਟੇ ਜਿਹੇ ਸ਼ਹੀਦ ਹੋ ਗਏ ਹਨ। ਉੱਥੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਬੰਦਾ ਮਹਾਰਾਜ ਨੇ ਆਖਿਆ, ਬੰਦਿਆ ਭਾਵੇਂ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬੜਾ ਦੁੱਖ ਹੈ, ਪਰ ਜਿਹੜਾ ਦੁੱਖ ਸਾਨੂੰ ਸਾਈਂ ਬੁੱਧੂ ਸ਼ਾਹ ਦੀ ਮੌਤ ਦਾ, ਉਹਦੇ ਪੁੱਤਰਾਂ ਦੇ ਮਰੀਦਾਂ ਦੀ ਮੌਤ ਦਾ ਦੁੱਖ ਹੈ ਨਾ, ਇਹਨਾਂ ਦੁੱਖ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੀ ਦੁੱਖ ਨੇ। ਮਹਾਰਾਜ ਪਤਾ ਭਾਜੀ ਬੜੀ ਵੱਡੀ ਚਾੜ ਗਿਆ, ਹਾਂਜੀ? ਅਤੇ ਉੱਥੇ ਫਿਰ ਬੰਦਾ ਸਿੰਘ ਗੁਰੂ ਸਾਹਿਬ ਨੇ ਪਹਿਲਾਂ ਤੋਂ ਸਧਾਰਿਆ ਜਾ ਕੇ ਸਧਾਰਾ ਫਤਿਹ ਕਰਨਾ, ਅੱਛਾ ਫਿਰ ਮਸਤਗੜ ਗੁਰਦਾ ਬਣਿਆ ਪਿਆ ਮਸੀਤ ਸੀ ਪਹਿਲਾਂ, ਉਹ ਪਹਿਲਾਂ ਤੋੜੀ ਆ ਗਏ ਨੇ, ਉਹ ਫਤਿਹ ਕੀਤਾ। ਅਤੇ ਉੱਥੇ ਫਿਰ ਜਦੋਂ ਤੁਰਨ ਲੱਗਾ ਤਾਂ ਫਿਰ ਉਹਨੇ ਆਖਿਆ, ਮਹਾਰਾਜ ਮਸਲਾ ਸਧਾਰੇ ਅਤੇ ਸਰਹੰਦ ਦਾ ਅਤੇ 5 ਤੀਰਾਂ ਅਤੇ 5 ਸਿੰਘਾਂ ਨਾਲ ਕੀ ਕਰਾਂਗੇ? ਉੱਥੇ ਗੁਰੂ ਸਾਹਿਬ ਨੇ ਕਿਹਾ, ਬੰਦਾ ਸਿੰਘ ਤੇਰੀਆਂ ਕਰ ਕਰ ਲੀਕਾਂ ਹੁੰਦੀਆਂ ਸੀਗੀਆਂ, ਛਾਤੀ ਮਾਰ ਉੱਤੇ ਜਿਹਨਾਂ ਫੌਜਾਂ ਨੇ ਕੰਮ ਕਰਨਾ, ਫੌਜਾਂ ਆ ਰਹੀਆਂ, ਬੰਦਾ ਸਾਹਿਬ ਤਾਂ ਚੱਕਿਆ ਨਾ, ਸਿੰਘਾਂ ਸ਼ਹੀਦਾਂ ਦੀਆਂ ਫੌਜਾਂ ਤਿਆਰ ਬਰ ਤਿਆਰ ਕਰੀਆਂ, ਫੌਜਾਂ ਕਰੀਆਂ, ਬੰਦਾ ਸਾਹਿਬ ਤੇਰਾ ਤਾਂ ਨਾ ਹੀ ਕਰਨਾ, ਤੇ ਫਿਰ ਚੱਲਦੇ ਸੀ ਜਿਹੜਾ ਪੰਜਾਬ ਚੱਲ, ਫੜ ਕੇ ਇਹ ਸਰਹੰਦ ਅਤੇ ਸਰੌਰੇ ਦੀ ਇੱਟ ਨਾ ਖੜਕਾ ਤੀ, ਸਾਨੂੰ ਸਿੰਘ ਸ਼ਹੀਦ ਕਿਹੜਾ ਆਖਿਆ? ਅਤੇ ਇਹ ਉਹ ਸਥਾਨ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 4.5 ਸਾਲ ਰਹੇ ਨੇ,
ਉੱਥੋਂ ਆਨੰਦਪੁਰ ਸਾਹਿਬ ਫਿਰ ਚੱਲ ਕੇ ਇੱਥੇ ਆਏ ਨੇ। ਉੱਥੇ ਜਿਹੜੇ ਸੋਢੀਏ ਸਨ ਉਹਨਾਂ ਦਾ ਵਾਦ ਵਿਵਾਦ ਕਰਕੇ ਗੁਰੂ ਸਾਨੂੰ ਪਤਾ ਸੀ ਹੈ ਇਹ ਪ੍ਰੋਮ ਅੱਗੇ ਲਿਖਣਾ, ਇੱਥੋਂ ਫਿਰ ਜਾ ਕੇ ਨਾ ਅੱਗੇ ਫਿਰ ਜਾ ਕੇ ਫਿਰ 1699 ਪਾਸ ਕਰ ਜਾ। ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਪਰਤਨ ਦੋਗ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਿਜਾਈ ਨਾਨਕ ਉਦਰੇ ਪ੍ਰਭ ਸ਼ਨਾਈ ਪਵਿੱਤਰ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਪਵਿੱਤਰ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਸੰਗਤ ਕਰਕੇ ਪਵਿੱਤਰ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਕਰਕੇ ਸੰਤਾਂ ਦੀ ਸੰਗਤ ਸੰਤਾਂ ਦੀ ਸੰਗਤ ਕਰਕੇ ਸੰਤ
ਸੰਗਤਾਂ ਦੀ ਸੰਗਤ ਕਰਕੇ ਸਗਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਪੱਗ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਸਤਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ ਦਾ ਸੰਗਤਾਂ ਦੁਆਂ ਦਾ ਸੰਗ ਸਾਧੂਆਂ ਦਾ ਵਾ 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 ਸਤ ਸੰਗ ਸਾਧੂਆਂ ਦਾ ਸਤਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ ਦਾ